ਹੈਲੋ, ਜੈ ਮਸੀਹ ਦੀ ਸਲਾਮ। ਤੁਹਾਡਾ ਵੈਲਕਮ ਕਰਦੇ ਹਾਂ, ਸਵਾਗਤ ਕਰਦੇ ਹਾਂ ਇੱਕ ਵਾਰੀ ਫਿਰ ਤੁਹਾਡੇ ਨਾਲ। ਅਸੀਂ ਹੂਬਰੂ ਲੰਡਨ ਤੋਂ ਮੁਖਾਫਤ ਹੋ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜੇ ਅਸੀਂ ਜੀ ਹੁਣਾਂ ਦੁਆ ਕਰਾਂਗੇ ਅੱਜ ਦੇ ਟੌਪਿਕ ਵਾਸਤੇ, ਅੱਜ ਦੇ ਪ੍ਰੋਗਰਾਮ ਵਾਸਤੇ, ਅੱਜ ਦੀ ਪੂਰੀ ਟੀਮ ਵਾਸਤੇ ਜੋ ਸਾਡੇ ਸਟੂਡੀਓ ਵਿੱਚ ਸਾਡੇ ਪਿੱਛੇ ਵਰਕ ਕਰ ਰਹੀ ਹੈ। ਜੈਸੀ ਜੀ, ਥੈਂਕ ਯੂ ਜੇਕਬ ਜੀ, ਪ੍ਰਭੂ ਯਿਸੂ ਮਸੀਹ ਤੁਹਾਨੂੰ ਬਰਕਤ ਦੇਵੇ। ਜੈ ਮਸੀਹ ਕੀ, ਗੁੱਡ ਈਵਨਿੰਗ ਐਂਡ ਸਲਾਮ। ਆਖਦੇ ਹਾਂ ਪ੍ਰੋਗਰਾਮ ਮਸੀਹੀ ਮੇਲ ਮਿਲਾਪ ਇੱਕ ਵਾਰੀ ਫਿਰ ਹਮੇਸ਼ਾ ਦੀ ਤਰ੍ਹਾਂ ਉਸੇ ਸਮੇਂ ਉਸੇ ਚੈਨਲ ਦੇ ਉੱਤੇ ਤੁਹਾਡੇ ਹੂਬਰੂ ਹੋ ਰਹੇ ਹਾਂ ਔਰ ਪਰਮੇਸ਼ੁਰ ਦਾ ਸੰਦੇਸ਼ਾ ਲੈ ਕੇ। ਉਮੀਦ ਕਰਦੇ ਹਾਂ ਕਿ ਪਰਮੇਸ਼ੁਰ ਦੇ ਪਵਿੱਤਰ ਵਚਨਾਂ ਦੇ ਦੁਆਰਾ ਅੱਜ ਫਿਰ ਤੁਸੀਂ ਭਰਪੂਰ ਆਨੰਦ ਔਰ ਬਰਕਤ ਨੂੰ ਪ੍ਰਾਪਤ ਕਰੋਗੇ। ਸੋ ਆਈਏ ਅਸੀਂ ਪਰਮੇਸ਼ੁਰ ਦੇ ਵਚਨ ਨੂੰ ਸੁਣਨ ਤੋਂ ਪਹਿਲਾਂ ਆਪਣੇ ਆਪ ਨੂੰ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਪੇਸ਼ ਕਰੀਏ, ਆਪਣੇ ਦਿਲਾਂ ਨੂੰ ਖੋਲ੍ਹ ਦੇਈਏ ਤਾਂ ਕਿ ਪਰਮੇਸ਼ੁਰ ਦਾ ਵਚਨ ਸਾਡੇ ਦਿਲਾਂ ਦੀ ਧਰਤੀ ਦੇ ਉੱਤੇ ਜਾ ਕੇ ਰਾਜ ਕਰੇ ਔਰ ਪਰਮੇਸ਼ੁਰ ਦੀ ਐਂਟਰੀ ਇਸ ਦਿਲ ਦੇ ਅੰਦਰ ਇਸ ਵਚਨ ਦੇ ਦੁਆਰਾ ਹੋਏ। ਹਾਲੇਲੂਇਆ, ਹਾਲੇਲੂਇਆ, ਕਿਉਂਕਿ ਖੁਦਾਵੰਦ ਦਾ ਕਲਾਮ ਜੋ ਹੈ ਉਹ ਜੀਵਤ ਪਰਮੇਸ਼ੁਰ ਹੈ। ਹਾਲੇਲੂਇਆ, ਉਹਦਾ ਵਚਨ ਹੀ ਯਿਸੂ ਹੈ। ਹਾਲੇਲੂਇਆ, ਕਿਉਂਕਿ ਲਿਖਿਆ ਹੈ ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਹੀ ਪਰਮੇਸ਼ੁਰ ਸੀ ਔਰ ਉਸੇ ਦੇ ਦੁਆਰਾ ਸੰਸਾਰ ਦੀ ਰਚਨਾ ਕੀਤੀ ਗਈ। ਹਾਲੇਲੂਇਆ, ਹਾਲੇਲੂਇਆ, ਥੈਂਕ ਯੂ ਜੀਸਸ, ਥੈਂਕ ਯੂ ਲੋਰਡ, ਥੈਂਕ ਯੂ ਫਾਦਰ, ਫਾਦਰ ਵੀ ਲਵ ਯੂ, ਥੈਂਕ ਯੂ, ਥੈਂਕ ਯੂ ਫੋਰ ਯੂਰ ਮਰਸੀ, ਥੈਂਕ ਯੂ ਫੋਰ ਯੂਰ ਪ੍ਰੈਜੈਂਸ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹੋਏ ਤੇਰੀ ਹਜ਼ੂਰੀ ਵਿੱਚ ਆਉਂਦੇ ਹਾਂ, ਤਮਾਮ ਉਹਨਾਂ ਅਦਭੁਤ ਨਜ਼ਾਰਿਆਂ ਨੂੰ ਖੁਦਾਵੰਦ ਚੇਤੇ ਕਰਦੇ ਹਾਂ ਜੋ ਸਾਡੇ ਜੀਵਨ ਦੇ ਵਿੱਚ ਤੁਸੀਂ ਕੀਤੇ ਨੇ ਪਰਮੇਸ਼ੁਰ, ਤਮਾਮ ਉਹਨਾਂ ਗੱਲਾਂ ਨੂੰ ਯਾਦ ਕਰਦੇ ਹਾਂ ਜੋ ਸਾਡੇ ਜ਼ਿੰਦਗੀ ਵਿੱਚ ਖੁਦਾਵੰਦ ਯਿਸੂ ਕੀਤੀਆਂ ਨੇ ਪਰਮੇਸ਼ੁਰ। ਸੱਚਮੁੱਚ ਅਸੀਂ ਕਿਸੇ ਨਾਲੋਂ ਵੀ ਚੰਗੇ ਨਹੀਂ ਹਾਂ, ਲੇਕਿਨ ਇਹ ਤੇਰੀ ਦਇਆ ਔਰ ਤੇਰੀ ਕਰੁਣਾ ਹੈ ਕਿ ਅੱਜ ਅਸੀਂ ਤੇਰੀ ਹਜ਼ੂਰੀ ਵਿੱਚ ਤੇਰੇ ਵਚਨਾਂ ਨੂੰ ਲੈ ਕੇ ਤੇਰੇ ਲੋਕਾਂ ਨਾਲ ਸਾਂਝਿਆ ਕਰ ਰਹੇ ਹਾਂ ਪਰਮੇਸ਼ੁਰ। ਐ ਬਾਪ, ਤੁਹਾਡਾ ਸ਼ੁਕਰ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਕੰਮਾਂ ਨੀ ਖਿਲਾਰਿਆ, ਠਹਿਰਾਇਆ ਔਰ ਚੁਣਿਆ ਤਾਂ ਕਿ ਦੁਨੀਆਂ ਦੇ ਹਰ ਇੱਕ ਕੋਨੇ ਤੇ ਖੁਦਾਵੰਦ ਤੁਹਾਡੇ ਵਚਨ ਦੀ ਮਨਾਦੀ ਕੀਤੀ ਜਾਏ। ਹਾਲੇਲੂਇਆ, ਤਮਾਮ ਪਰਮੇਸ਼ੁਰ ਉਹਨਾਂ ਦਾਸਾਂ ਤੇ ਦਾਸੀਆਂ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਖੁਦਾਵੰਦ, ਜੋ ਤੁਹਾਡੇ ਵਚਨਾਂ ਨੂੰ ਦੁਨੀਆਂ ਦੇ ਕੋਨੇ ਕੋਨੇ ਤੇ ਲੈ ਕੇ ਜਾ ਰਹੇ ਨੇ ਪਰਮੇਸ਼ੁਰ। ਇੱਕ ਇੱਕ ਆਪਣੇ ਦਾਸ ਔਰ ਆਪਣੀ ਦਾਸੀ ਨੂੰ ਕਸਰਤ ਨਾਲ ਇਸਤੇਮਾਲ ਕਰ ਪਰਮੇਸ਼ੁਰ, ਤਾਂ ਕਿ ਪਰਮੇਸ਼ੁਰ ਮੈਂ ਪ੍ਰਾਰਥਨਾ ਕਰਦੀ ਤੇਰਾ ਰਾਜ ਨਜ਼ਦੀਕ ਆਏ ਔਰ ਪਰਮੇਸ਼ੁਰ ਬਹੁਤ ਸਾਰੇ ਲੋਕ ਖੁਦਾ ਯਿਸੂ ਤੁਹਾਡੇ ਵਚਨ ਦੇ ਦੁਆਰਾ ਖੁਦਾ ਆਪਣੀਆਂ ਜ਼ਿੰਦਗੀਆਂ ਨੂੰ ਤੁਹਾਡੇ ਅੱਗੇ ਅਰਪਣ ਕਰ ਸਕਣ ਪਰਮੇਸ਼ੁਰ। ਐ ਬਾਪ, ਤੁਹਾਡੇ ਬੇਟੇ ਯਿਸੂ ਨਾਸਰੀ ਦੇ ਨਾਮ ਵਿੱਚ ਅਸੀਂ ਪ੍ਰਾਰਥਨਾ ਕਰਦੇ ਹਾਂ, ਜਾਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਬਚਾ ਚੁੱਕੇ ਹੋ ਖੁਦਾ ਯਿਸੂ ਨਾਲ, ਸਭਨਾਂ ਲਈ ਆਦਰ ਤੇ ਮਹਿਮਾ ਤੇ ਜਲਾਲ ਯਿਸੂ ਤੁਹਾਡਾ ਹੈ ਔਰ ਤੁਹਾਨੂੰ ਦਿੰਦੇ ਹਾਂ। ਮੁਬਾਰਕ ਬਾਪ, ਇੱਕ ਵਾਰੀ ਫਿਰ ਤੁਹਾਡੀ ਹਜ਼ੂਰੀ ਵਿੱਚ ਚੁੱਕ ਕੇ ਖੁਦਾ ਨੂੰ ਸਿਜਦਾ ਕਰਦੇ ਹੋਏ ਅੱਜ ਬੇਨਤੀ ਕਰਦੇ ਹਾਂ, ਤੁਹਾਡੇ ਪਾਕ ਕਲਾਮ ਦਾ ਇੱਕ ਵਾਰੀ ਫਿਰ ਖੁੱਲਣਾ ਤੁਹਾਡੇ ਲੋਕਾਂ ਦੇ ਵਾਸਤੇ ਬਰਕਤ ਦਾ ਸਬੱਬ ਠਹਿਰੇ। ਹਾਲੇਲੂਇਆ, ਥੈਂਕ ਯੂ ਜੀਸਸ, ਹਾਲੇਲੂਇਆ, ਇਸ ਵਚਨ ਦੇ ਦੁਆਰਾ ਬਹੁਤ ਸਾਰੀਆਂ ਜ਼ਿੰਦਗੀਆਂ ਖੁਦਾ ਨੂੰ ਤਬਦੀਲ ਹੋਣ। ਹਾਲੇਲੂਇਆ, ਬਹੁਤ ਸਾਰੀਆਂ ਜ਼ਿੰਦਗੀਆਂ ਦੇ ਵਿੱਚ ਅੱਜ ਖੁਦਾ ਨੂੰ ਤੇਰੀ ਐਂਟਰੀ ਹੋਏ। ਹਾਲੇਲੂਇਆ, ਇਸ ਵਚਨ ਦੇ ਦੁਆਰਾ ਯਿਸੂ ਨਾਸਰੀ ਮੈਂ ਪ੍ਰਾਰਥਨਾ ਕਰਦੀ ਹਾਂ ਇਸ ਪਲੇਟਫਾਰਮ ਵਾਸਤੇ ਖੁਦਾ ਨੂੰ ਜਿਹੜਾ ਸਾਨੂੰ ਮੁਹੱਈਆ ਕੀਤਾ, ਜਿੱਥੇ ਬਹੁਤ ਸਾਲਾਂ ਤੋਂ ਖੁਦਾ ਨੂੰ ਤੁਹਾਡੀ ਖਿਦਮਤ ਕਰ ਰਹੇ ਹਾਂ ਪਰਮੇਸ਼ੁਰ, ਤੁਹਾਡਾ ਸ਼ੁਕਰ ਕਰਦੇ ਹਾਂ। ਪਿੱਛੇ ਜੋ ਟੀਮ ਖੁਦਾ ਨੂੰ ਕੰਮ ਕਰ ਰਹੀ ਹੈ, ਖੁਦਾ ਨੂੰ ਸਭਨਾਂ ਨੂੰ ਬਰਕਤ ਤੇ ਆਸ਼ੀਸ਼ ਦੇਣਾ ਖੁਦਾ ਨੂੰ ਯਿਸੂ। ਐ ਬਾਪ, ਅੱਜ ਅਸੀਂ ਪ੍ਰਾਰਥਨਾ ਕਰਦੇ ਖੁਦਾ ਨੂੰ ਇਸ ਸਮੇਂ ਦੇ ਦੌਰਾਨ ਖੁਦਾ ਨੂੰ ਤੁਹਾਡਾ ਪਾਕ ਆਤਮਾ ਸਾਨੂੰ ਗਾਈਡ ਕਰੇ ਖੁਦਾ ਨੂੰ ਔਰ ਸਾਨੂੰ ਸੰਭਾਲੇ ਪਰਮੇਸ਼ੁਰ, ਕਿ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਪਵਿੱਤਰ ਆਤਮਾ ਆਏਗਾ ਤਾਂ ਤੁਹਾਨੂੰ ਸਿਖਾਏਗਾ, ਤੁਹਾਨੂੰ ਗਾਈਡ ਕਰੇਗਾ ਔਰ ਤੁਸੀਂ ਸ਼ਕਤੀ ਪਾਓਗੇ। ਐ ਬਾਪ, ਤੁਹਾਡਾ ਵਚਨ ਇਸੇ ਤਰ੍ਹਾਂ ਐਜ਼ ਇਟ ਇਜ਼ ਸਾਡੇ ਸਪਨਾ ਦੇ ਉੱਤੇ ਪੂਰਾ ਹੋਏਗਾ, ਤਾਂ ਕਿ ਖੁਦਾ ਨੂੰ ਸਾਡੀਆਂ ਜ਼ਿੰਦਗੀਆਂ ਤੋਂ ਤੁਹਾਡਾ ਨਾਮ ਆਦਰ ਔਰ ਮਹਿਮਾ ਔਰ ਜਲਾਲ ਪਾ ਸਕੇ। ਐ ਬਾਪ, ਇਸ ਸਾਰੇ ਸਮੇਂ ਨੂੰ ਤੁਹਾਡੇ ਹੱਥਾਂ ਵਿੱਚ ਦਿੰਦੇ ਹੋਏ ਖੁਦਾ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਲੈ ਕੇ ਮੰਗਦੇ ਤੇ ਸਭ ਕੁਝ ਪਾ ਲੈਂਦੇ ਹਾਂ। ਆਮੈਨ। ਜੈਸੀ, ਤੁਸੀਂ ਜੀਵਨ ਪਰਮੇਸ਼ੁਰ ਵਚਨ ਸ਼ਬਦ ਬਾਰੇ ਜ਼ਿਕਰ ਕੀਤਾ, ਇਹਨਾਂ ਤਿੰਨਾਂ ਦੇ ਵਿੱਚ ਕੋਈ ਫਰਕ ਕੀ ਹੈ? ਜੀਵਨ, 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 ਜ਼ਿੰਦਗੀ ਜੀ, ਜ਼ਿੰਦਗੀ ਵੀ ਯਿਸੂ ਹੈ ਜੀ ਔਰ ਵਚਨ ਵੀ ਯਿਸੂ ਹੈ ਜੀ ਔਰ ਪਰਮੇਸ਼ੁਰ ਵੀ ਯਿਸੂ ਹੈ ਜੀ, ਕਿਉਂਕਿ ਜਦੋਂ ਅਸੀਂ ਯੋਹੰਨਾ ਦੀ ਅੰਜੀਲ ਨੂੰ ਪੜ੍ਹਦੇ ਹਾਂ ਜੀ,
ਉਹਦੇ ਵਿੱਚ ਲਿਖਿਆ ਕਿ ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਸੰਗ ਸੀ ਤੇ ਸ਼ਬਦ ਪਰਮੇਸ਼ਵਰ ਸੀ। ਇਹੋ ਆਦਿ ਵਿੱਚ ਪਰਮੇਸ਼ਵਰ ਦੇ ਸੰਗ ਸੀ, ਸਭੋ ਕੁਝ ਇਸ ਤੋਂ ਰਚਿਆ ਗਿਆ ਤੇ ਰਚਨਾ ਵਿੱਚੋਂ ਇੱਕ ਵੀ ਵਸਤ ਉਸ ਤੋਂ ਬਿਨਾਂ ਨਹੀਂ ਰਚੀ ਗਈ। ਹਾਲੇਲੂਯਾ, ਹਾਲੇਲੂਯਾ। ਹਾਂਜੀ, ਸੋ ਇਹ ਸਾਰੀਆਂ ਹੀ ਗੱਲਾਂ ਹਨ ਕਿ ਖੁਦਾਵੰਦ ਯਿਸੂ ਮਸੀਹ ਨੂੰ ਬਿਲੋਂਗ ਕਰਦੇ ਨੇ ਇਹ ਵਰਡ। ਜੀ ਠੀਕ ਹੈ, ਖੁਦਾਵੰਦ ਯਿਸੂ ਮਸੀਹ ਦੇ ਬਾਰੇ ਦੇ ਵਿੱਚ ਇਹ ਕਿਹਾ ਗਿਆ ਕਿ ਜ਼ਿੰਦਗੀ ਵੀ ਯਿਸੂ ਹੈ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਕਿ ਜੀਵਨ ਦੀ ਰੋਟੀ ਮੈਂ ਹਾਂ। ਜੀ ਹਾਂਜੀ, ਤੇ ਅੱਜ ਅਸੀਂ ਜੀਵਨ ਦੇ ਪਾਣੀ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ। ਜੀ ਹਾਂਜੀ, ਤੁਸੀਂ ਪਹਿਲੇ ਦੱਸਤਾ ਅੱਜ ਦਾ ਟੌਪਿਕ ਜੇ ਹਾਲੀਵੁੱਡ ਰਿਹਾ। ਜੀ ਜੀ, ਜਿਵੇਂ ਕਿ ਅਸੀਂ ਕਾਫੀ ਦਿਨਾਂ ਤੋਂ ਸਾਡੀ ਕੋਸ਼ਿਸ਼ ਸੀ ਕਿ ਅੱਜ ਦੇ ਵਚਨ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਜਾਏ। ਪ੍ਰਭੂ ਦਾ ਸ਼ੁਕਰ ਕਰਦੇ ਹਾਂ ਕਿ ਉਹ ਸਮਾਂ ਆਇਆ ਕਿ ਤੁਹਾਡੇ ਨਾਲ ਇਹ ਵਚਨ ਜਿਹੜਾ ਸਾਂਝਾ ਕਰਨ ਵਾਸਤੇ ਜਾ ਰਹੇ ਹਾਂ। ਆਈਏ ਅਸੀਂ ਦੇਖਦੇ ਹਾਂ ਹਿਜ਼ਕੀਅਲ ਦੀ ਪੁਸਤਕ 36 ਅਧਿਆਏ ਨੂੰ ਅਸੀਂ ਪੜ੍ਹਾਂਗੇ ਤੁਹਾਡੇ ਸਾਹਮਣੇ, ਜੋ 25 ਦੇ ਵਿੱਚ ਪਾਣੀ ਦੇ ਬਾਰੇ ਵਿੱਚ ਅੱਜ ਚਰਚਾ ਕਰਾਂਗੇ, ਜੋ ਅਕਸਰ ਅਸੀਂ ਪ੍ਰਾਰਥਨਾ ਪਾਣੀ ਦੇ ਉੱਤੇ ਕਰਦੇ ਹਾਂ। ਔਰ ਬਹੁਤ ਸਾਰੇ ਮੇਰੇ ਅਜ਼ੀਜ਼ ਐਸੇ ਨੇ ਜਿਹੜੇ ਜਾਣਨਾ ਚਾਹੁੰਦੇ ਸਨ ਕਿ ਪਾਣੀ ਤੇ ਕਿਉਂ ਪ੍ਰਾਰਥਨਾ ਕੀਤੀ ਜਾਂਦੀ ਹੈ। ਕੁਛ ਲੋਕਾਂ ਦੇ ਵਿਚਾਰ ਸਨ ਕਿ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ ਪਾਣੀ ਤੇ, ਕੁਛ ਲੋਕਾਂ ਦੇ ਵਿਚਾਰ ਸਨ ਕਿ ਨਹੀਂ ਕਰ ਸਕਦੇ। ਲੇਕਿਨ ਅਸੀਂ ਆਪਣੇ ਵਿਚਾਰਾਂ ਦੇ ਨਾਲ ਪਰਮੇਸ਼ੁਰ ਦੇ ਵਚਨ ਨੂੰ ਜਿਹੜਾ ਸਾਂਝਾ ਨਹੀਂ ਕਰ ਸਕਦੇ, ਪਰ ਅਸੀਂ ਜੋ ਪਰਮੇਸ਼ੁਰ ਦਾ ਵਚਨ, ਇਹੀ ਬਾਈਬਲ ਦੇ ਪਰਮੇਸ਼ੁਰ ਦੀ ਖੂਬੀ ਹੈ ਕਿ ਬਾਈਬਲ ਦਾ ਵਚਨ ਜਿਹੜਾ ਹੈ ਐਜ਼ ਇਟ ਇਜ਼, ਜਦੋਂ ਅਸੀਂ ਉਹਨੂੰ ਸਾਂਝਾ ਕਰਦੇ ਹਾਂ ਤੇ ਜ਼ਿੰਦਗੀਆਂ ਤਬਦੀਲ ਹੁੰਦੀਆਂ ਨੇ। ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਇਸ ਵਚਨ ਦੇ ਵਿੱਚੋਂ ਇੱਕ ਵੀ ਬਿੰਦੀ ਜਿਹੜਾ ਘਟਾਏਗਾ ਜਾਂ ਵਧਾਏਗਾ ਉਹ ਸਜ਼ਾ ਦਾ ਹੱਕਦਾਰ ਹੋਏਗਾ। ਸੋ ਇਸ ਕਰਕੇ ਅਸੀਂ, ਸਾਡੀ ਪੂਰੀ ਕੋਸ਼ਿਸ਼ ਤਮਾਮ ਕ੍ਰਿਸਚਨਸ ਮਸੀਹੀ ਭੈਣਾਂ ਭਾਈਆਂ ਦੀ ਹੁੰਦੀ ਹੈ ਕਿ ਵਚਨ ਨੂੰ ਐਜ਼ ਇਟ ਇਜ਼ ਸਾਂਝਿਆਂ ਕੀਤਾ ਜਾਏ, ਸ਼ੇਅਰ ਕੀਤਾ ਜਾਏ। ਕਿਉਂਕਿ ਇਹ ਵਚਨ ਐਸਾ ਹੈ ਕਿ ਜਿਹਨੂੰ ਬਦਲਿਆ ਨਹੀਂ ਜਾ ਸਕਦਾ, ਲੇਕਿਨ ਇਹ ਵਚਨ ਐਸਾ ਹੈ ਕਿ ਜਦ ਇਹ ਵਚਨ ਸਾਡੀਆਂ ਜੀਵਨਾਂ ਵਿੱਚ ਜਾਂਦਾ ਹੈ ਤੇ ਇਹ ਸਾਨੂੰ ਜ਼ਰੂਰ ਬਦਲ ਦਿੰਦਾ ਹੈ। ਹਾਲੇਲੂਯਾ, ਇਹ ਸਾਨੂੰ ਜ਼ਰੂਰ ਤਬਦੀਲ ਕਰ ਦਿੰਦਾ ਹੈ। ਪ੍ਰਭੂ ਪਰਮੇਸ਼ਵਰ ਤੁਹਾਨੂੰ ਬਰਕਤ ਦੇ। ਆਈਏ ਵੇਖਦੇ ਹਾਂ ਹਿਜ਼ਕੀਅਲ ਦੀ ਪੁਸਤਕ 36 ਅਧਿਆਏ ਉਹਦੀ 26 ਦੇ ਵਿੱਚ ਲਿਖਿਆ ਹੈ, ਅਤੇ ਮੈਂ ਤੁਹਾਨੂੰ 25 ਤੋਂ ਪੜਾਂਗੇ, ਜਦ ਤੁਹਾਡੇ ਉੱਤੇ ਨਿਰਮਲ ਜਲ ਛਿੜਕਾਂਗਾ ਅਤੇ ਤੁਸੀਂ ਸ਼ੁੱਧ ਹੋਵੋਗੇ, ਮੈਂ ਤੁਹਾਨੂੰ ਤੁਹਾਡੀਆਂ ਸਾਰੀਆਂ ਅਸ਼ੁੱਧਤਾਂ ਅਤੇ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਤੁਹਾਨੂੰ ਸ਼ੁੱਧ ਕਰਾਂਗਾ, ਅਤੇ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ, ਅਤੇ ਤੁਹਾਡਾ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਦੇਵਾਂਗਾ ਅਤੇ ਮਾਸ ਦਾ ਦਿਲ ਬਖਸ਼ਾਂਗਾ। ਹਾਲੇਲੂਯਾ, ਇੱਥੇ ਪਰਮੇਸ਼ਰ ਇੱਕ ਦਿਲ ਨੂੰ ਬਦਲ ਦੇਣ ਦੀ ਗੱਲ ਕਰ ਰਹੇ ਨੇ। ਪਰਮੇਸ਼ਰ ਇੱਥੇ ਇਸਰਾਇਲੀਆਂ ਨਾਲ ਬੋਲ ਰਹੇ ਨੇ, ਚੁਣੀ ਹੋਈ ਕੌਮ ਦੇ ਨਾਲ ਗੱਲ ਕਰ ਰਹੇ ਨੇ। ਇਹ ਉਸ ਸਮੇਂ ਦਾ ਵਾਕਿਆ ਹੈ ਜਿਸ ਸਮੇਂ ਇਸਰਾਇਲੀ ਲੋਕ ਮਿਸਰ ਦੀ ਗੁਲਾਮੀ ਦੇ ਵਿੱਚੋਂ ਬਾਹਰ ਨਿਕਲੇ, ਔਰ ਪਰਮੇਸ਼ਰ ਨੇ ਹਿਜ਼ਕੀਅਲ ਨਬੀ ਦੇ ਨਾਲ ਜਾ ਕੇ ਗੱਲ ਕੀਤੀ ਕਿ ਮੈਂ ਕਿਸ ਤਰੀਕੇ ਨਾਲ ਇਹਨਾਂ ਨੂੰ ਹੁਣ ਪਾਕ ਕਰਾਂਗਾ, ਮੈਂ ਕਿਵੇਂ ਇਹਨਾਂ ਨੂੰ ਸਾਫ਼ ਕਰਾਂਗਾ। ਲਿਖਿਆ ਕਿ ਇਹਨਾਂ ਦੀਆਂ ਜਿਹੜੀਆਂ ਉੱਪਰਲੀਆਂ ਲਾਈਨਾਂ ਜਦੋਂ ਅਸੀਂ 22 ਤੋਂ ਪੜ੍ਹਦੇ ਹਾਂ, ਉਹਦੇ ਵਿੱਚ ਇਹ ਲਿਖਿਆ ਕਿ ਇਸਰਾਇਲ ਦੇ ਘਰਾਣੇ ਨੂੰ ਆਖ ਕੇ ਯਹੋਵਾ ਪਰਮੇਸ਼ਵਰ ਇਉਂ ਫਰਮਾਉਂਦਾ ਹੈ ਕਿ ਹੇ ਇਸਰਾਇਲ ਦੇ ਘਰਾਣੇ, ਮੈਂ ਤੁਹਾਡੀ ਖਾਤਰ ਨਹੀਂ ਸਗੋਂ ਆਪਣੇ ਪਵਿੱਤਰ ਨਾਮ ਦੀ ਖਾਤਰ ਤੁਹਾਨੂੰ, ਜਿਸ ਨੂੰ ਤੁਸੀਂ ਉਹਨਾਂ ਕੌਮਾਂ ਵਿੱਚ ਜਿੱਥੇ ਤੁਸੀਂ ਗਏ ਸੋ ਪਲੀਤ ਕੀਤਾ, ਇਹ ਕਰਦਾ ਹਾਂ ਮੈਂ ਆਪਣੇ ਵੱਡੇ ਨਾਮ ਨੂੰ ਜਿਹੜੀ ਕੌਮਾਂ ਦੇ ਵਿੱਚ ਪਲੀਤ ਕੀਤਾ ਗਿਆ ਹੈ, ਤੁਸੀਂ ਉਸ ਨੂੰ ਉਹਨਾਂ ਵਿੱਚ ਪਲੀਤ ਕੀਤਾ ਪਵਿੱਤਰ ਕਰਾਂਗਾ। ਹਾਲੇ ਕਹਿ ਰਿਹਾ ਹੈ ਦੂਸਰਾ ਕੰਮ, ਪਰਮੇਸ਼ਰ ਕਹਿੰਦਾ ਕਿ ਤੁਹਾਡੇ ਅੰਦਰੋਂ ਹੁਣ ਮੈਂ ਇੱਕ ਨਵਾਂ ਦਿਲ ਤੁਹਾਨੂੰ ਦੇਵਾਂਗਾ, ਤੁਹਾਡੇ ਮਾਸ ਦਾ ਦਿਲ ਤੁਹਾਨੂੰ ਭਰ ਦਾਂਗਾ, ਮਾਸ ਦੇ ਵਿੱਚੋਂ ਪੱਥਰ ਦਾ ਦਿਲ ਜਿਹੜਾ ਉਹ ਕੱਢ ਦੇਵਾਂਗਾ। ਆਪਰੇਸ਼ਨ ਉਦੋਂ ਹੋਣਾ ਹੈ ਜਦੋਂ ਅਸੀਂ ਤਿਆਰੀ ਕੀਤੀ ਆਪਰੇਸ਼ਨ ਦੀ। ਹੁਣ ਹਾਰਟ ਦਾ ਆਪਰੇਸ਼ਨ ਜਦੋਂ ਹੁੰਦਾ ਹੈ ਤਾਂ ਡਾਕਟਰਾਂ ਨੇ ਬੜੇ ਦਿਨਾਂ ਤੋਂ ਉਹਦੀ ਤਿਆਰੀ ਕੀਤੀ ਹੁੰਦੀ ਹੈ ਕਿ ਕਿਹੜਾ ਟੂਲ ਵਰਤਣਾ ਹੈ, ਕਿਹੜਾ ਬਲੱਡ ਇਹਨੂੰ ਦੇਣਾ ਹੈ, ਕਿਹੜਾ ਗੁਲੂਕੋਸ ਦੇਣਾ ਹੈ, ਕਿਹੜਾ ਇੰਜੈਕਸ਼ਨ ਲਗਾਉਣਾ, ਕਿਹੜੀ ਮੈਡੀਸਨ ਦੇਣੀ ਹੈ, ਉਹਦੀ ਬੜੀ ਤਿਆਰੀ ਹੁੰਦੀ ਹਾਰਟ ਦੇ ਆਪਰੇਸ਼ਨ ਦੀ। ਇਸੇ ਤਰ੍ਹਾਂ ਜਦੋਂ ਪਰਮੇਸ਼ਰ ਸਾਡੇ ਦਿਲ ਨੂੰ ਤਬਦੀਲ ਕਰਦਾ, ਪਹਿਲਾਂ ਸਾਨੂੰ ਪਵਿੱਤਰ ਕਰਦਾ ਹੈ, ਫਿਰ ਸਾਡੇ ਦਿਲ ਨੂੰ ਤਬਦੀਲ ਕਰਦਾ, ਕਿਉਂਕਿ ਜਦ ਤੱਕ ਸਾਡੇ ਅੰਦਰ ਪਵਿੱਤਰਤਾ ਹੀ ਨਹੀਂ ਆਏਗੀ ਤਾਂ ਦਿਲ ਵੀ ਸਾਡਾ ਤਬਦੀਲ ਨਹੀਂ ਹੋਏਗਾ। ਦਿਲ ਦੇ ਅੰਦਰ ਤੇ ਸਾਰਾ ਪਾਪ ਤੇ ਸਾਰਾ ਗੁਨਾਹ ਛੁਪਿਆ ਹੁੰਦਾ ਹੈ, ਕਿਉਂਕਿ ਵਚਨ ਦੇ ਵਿੱਚ ਵੀ ਇਹ ਲਿਖਿਆ ਕਿ ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ ਤੇ ਪਹੁੰਚ ਪੁੱਜ ਕੇ ਖਰਾਬ ਹੈ। ਹਾਲੇਲੂਯਾ, ਦਿਲ ਸਭ ਨਾਲ ਧੋਖੇਬਾਜ਼ ਤੇ ਪਹੁੰਚ ਪੁੱਜ ਕੇ ਖਰਾਬ ਹੈ। ਇਸ ਕਰਕੇ ਪਰਮੇਸ਼ਰ ਕਹਿੰਦਾ ਮੈਂ ਉਹ ਦਿਲ ਨੂੰ ਫਿਰ ਸਾਫ਼ ਕਰ ਦੇਵਾਂਗਾ।
ਉਹ ਦਿਲ ਨੂੰ ਨਵਾਂ ਬਣਾ ਦਵਾਂਗਾ। ਫਿਰ ਅਸੀਂ ਦੇਖਦੇ ਹਾਂ ਕਿ ਯਿਸੂ ਮਸੀਹ ਦੇ ਵਚਨ ਦੇ ਵਿੱਚ ਲਿਖਿਆ ਯੋਹੰਨਾ ਦੀ ਅੰਜੀਲ ਦੇ ਵਿੱਚ ਕਿ ਖੁਦਾਵੰਦ ਯਿਸੂ ਮਸੀਹ ਦੇ ਕੋਲ ਜਦੋਂ ਔਰਤ ਆਉਂਦੀ ਹੈ ਤੇ ਯਿਸੂ ਮਸੀਹ ਸਾਮਰੀ ਔਰਤ ਨੂੰ ਆਖਦਾ ਹੈ ਕਿ ਮੈਨੂੰ ਪਾਣੀ ਪਿਆ। ਉਹਨੂੰ ਅੱਗੇ ਰਿਪਲਾਈ ਬੈਕ ਮਿਲਦਾ ਕਿ ਤੂੰ ਯਹੂਦੀ ਆ, ਮੈਂ ਸਾਮਰੀ ਆ, ਇਹ ਕਿੱਦਾਂ ਪੋਸੀਬਲ ਹੋ ਸਕਦਾ ਹੈ ਕਿ ਮੈਂ ਤੈਨੂੰ ਪਾਣੀ ਪਿਆਵਾਂ। ਯਿਸੂ ਮਸੀਹ ਨੇ ਅੱਗੇ ਰਿਪਲਾਈ ਬੈਕ ਦਿੱਤਾ, ਜੇ ਤੂੰ ਜਾਣਦੀ ਕਿ ਤੇਰੇ ਤੋਂ ਪਾਣੀ ਕੌਣ ਮੰਗ ਰਿਹਾ ਹੈ ਤੇ ਤੂੰ ਉਹਦੇ ਤੋਂ ਮੰਗਦੀ, ਤੂੰ ਤੇਰੀ ਪਿਆਸ ਤੂੰ ਕਦੇ ਪਿਆਸੀ ਨਾ ਰਹਿੰਦੀ। ਕਿਉਂਕਿ ਜਿਹੜਾ ਅੰਮ੍ਰਿਤ ਜਲ ਪਰਮੇਸ਼ਰ ਦੇ ਕੋਲੋਂ ਯਿਸੂ ਮਸੀਹ ਦੇ ਕੋਲੋਂ ਪੀ ਲੈਂਦਾ ਹੈ ਉਹਦੀ ਪਿਆਸ ਫਿਰ ਬੁਝਾਈ ਜਾਂਦੀ ਹੈ, ਉਹ ਤ੍ਰਿਪਤ ਕੀਤਾ ਜਾਂਦਾ ਹੈ। ਫਿਰ ਅਸੀਂ ਬਾਈਬਲ ਦੇ ਵਿੱਚ ਦੇਖਦੇ ਹਾਂ ਕਾਨਾ ਗਲੀਲ ਦੇ ਵਿੱਚ ਜਦੋਂ ਖੁਦਾਵੰਦ ਯਿਸੂ ਮਸੀਹ ਨੇ ਪਹਿਲਾ ਮਿਰੇਕਲ ਕੀਤਾ। ਡੋਂਟ ਟੇਕ ਮੀ ਰੋਂਗ, ਮੈਂ ਸ਼ਰਾਬ ਦੀ ਇਨਕਰੇਜਮੈਂਟ ਨਹੀਂ ਕਿਸੇ ਨੂੰ ਕਰ ਰਹੀ। ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਉਸ ਜਗ੍ਹਾ ਦੇ ਉੱਤੇ ਮੈਂ ਖਤਮ ਹੋ ਗਈ ਤੇ ਖੁਦਾਵੰਦ ਯਿਸੂ ਮਸੀਹ ਦੇ ਕੋਲ ਮੁਕੱਸਾ ਮਰੀਅਮ ਆਈ ਕਿ ਇਹਨਾਂ ਦੇ ਕੋਲ ਮੈਂ ਜਿਹੜੀ ਖਤਮ ਹੋ ਗਈ ਹੈ ਔਰ ਤੂੰ ਇਹਨੂੰ ਇਹਨਾਂ ਦੇ ਵਾਸਤੇ ਕੁਝ ਮਿਰੇਕਲ ਕਰ। ਖੁਦਾਵੰਦ ਯਿਸੂ ਮਸੀਹ ਨੇ ਆਖਿਆ ਕਿ ਅਜੇ ਮੇਰਾ ਵਕਤ ਨਹੀਂ ਆਇਆ, ਪਰ ਜਦੋਂ ਖੁਦਾਵੰਦ ਯਿਸੂ ਮਸੀਹ ਦਾ ਮਿਰੇਕਲ ਦਾ ਵਕਤ ਆਇਆ ਤਾਂ ਖੁਦਾਵੰਦ ਯਿਸੂ ਮਸੀਹ ਨੇ ਆਖਿਆ ਕਿ ਮਟਕਿਆਂ ਨੂੰ ਪਾਣੀ ਦੇ ਨਾਲ ਭਰ ਦਿਓ, ਮਟਕਿਆਂ ਨੂੰ ਪਾਣੀ ਦੇ ਨਾਲ ਭਰ ਦਿਓ। ਔਰ ਪਾਣੀ ਨੂੰ ਫਿਰ ਉਹਨਾਂ ਨੇ ਕਿਹਾ ਕਿ ਹੁਣ ਕੱਢ ਲਓ ਤੇ ਜਾਜਕਾਂ ਜਿਹੜੇ ਉੱਥੇ ਦੇ ਵਿਆਹ ਦੇ ਪ੍ਰਧਾਨ ਸਨ, ਜਿਹੜੇ ਉਹਨਾਂ ਦੇ ਮਹਿਮਾਨ ਆਏ ਹੋਏ ਸਨ, ਉਹਨਾਂ ਨੂੰ ਕਹਿੰਦਾ ਸਰਵ ਕਰ ਦਿਓ। ਹੁਣ ਪਾਣੀ ਸਰਵ ਕੀਤਾ ਸੀ, ਉੱਥੇ ਮੈਂ ਨਹੀਂ ਸੀ ਸਰਵ ਕੀਤੀ ਗਈ, ਪਰ ਲੇਕਿਨ ਉਹਨਾਂ ਨੂੰ ਉਹ ਜਿਹੜਾ ਹੈ ਉਹਦਾ ਟੇਸਟ, ਉਹਦਾ ਨਸ਼ਾ ਜਿਹੜਾ ਉਹ ਹੀ ਮਹਿਸੂਸ ਹੋਇਆ ਕਿ ਜਿਹੜਾ ਉਹਨਾਂ ਨੂੰ ਜ਼ਰੂਰਤ ਸੀਗੀ। ਹੁਣ ਅਸੀਂ ਵੇਖ ਸਕਦੇ ਹਾਂ ਕਿ ਪਾਣੀ ਸਰਵ ਕੀਤਾ ਸੀ, ਮੈਂ ਤੇ ਸਰਵ ਹੀ ਨਹੀਂ ਸੀ ਕੀਤੀ। ਕਿਉਂ ਪਾਣੀ ਉਹ ਕੁਦਰਤ ਵਾਲਾ ਹੋ ਗਿਆ? ਕਿਉਂ ਪਾਣੀ ਪਾਣੀ ਦੇ ਵਿੱਚ ਪਰਮੇਸ਼ਰ ਦੀ ਸਾਮਰਥ ਆਈ? ਕਿਉਂ ਪਾਣੀ ਦੇ ਵਿੱਚ ਪਰਮੇਸ਼ਰ ਦਾ ਜਲਾਲ ਜ਼ਾਹਿਰ ਹੋਇਆ? ਕਿਉਂਕਿ ਜਿਸ ਚੀਜ਼ ਨੂੰ ਖੁਦਾਵੰਦ ਯਿਸੂ ਮਸੀਹ ਬਲੈਸ ਕਰ ਦਿੰਦਾ ਹੈ, ਭਾਵਾਂ ਉਹ ਪਾਣੀ ਹੋਵੇ, ਭਾਵਾਂ ਉਹ ਰੋਟੀ ਹੋਵੇ, ਭਾਵੇਂ ਉਹ ਓਇਲ ਕਿਉਂ ਨਾ ਹੋਵੇ, ਜਿਸ ਚੀਜ਼ ਉੱਤੇ ਪਰਮੇਸ਼ਰ ਦਾ ਮੂੰਹ ਦੇ ਵਿੱਚੋਂ ਨਿਕਲਿਆ ਹੈ ਸ਼ਬਦ ਉਚਾਰਿਆ ਜਾਂਦਾ ਹੈ, ਉਹ ਚੀਜ਼ ਪਵਿੱਤਰ ਔਰ ਪਾਕੀਜ਼ਗੀ ਦੇ ਨਾਲ ਭਰ ਜਾਂਦੀ ਹੈ। ਇਸ ਲਈ ਜਿਹੜਾ ਹੈ ਉਸ ਜਗ੍ਹਾ ਤੇ ਉਸ ਮਿਰੇਕਲ ਨੂੰ ਕੀਤਾ ਗਿਆ। ਹੁਣ ਆ ਜਾਂਦੇ ਹਾਂ ਅਸੀਂ ਕਿ ਬਿਮਾਰੀਆਂ ਤੋਂ ਸ਼ਿਫਾ ਕਿਵੇਂ ਮਿਲਦੀ ਹੈ। ਪਹਿਲਾਂ ਅਸੀਂ ਸਿੱਖਿਆ ਪਵਿੱਤਰਤਾ ਹੈ, ਹਿਜ਼ਕੀਏਲ ਦੀ ਪੁਸਤਕ ਦੇ ਵਿੱਚ ਜੋ ਲਿਖਿਆ 36:25-26 ਨੂੰ ਜੇ ਤੁਸੀਂ ਪੜੋਗੇ, ਪਵਿੱਤਰ ਕਰਨ ਵਾਸਤੇ ਪਾਣੀ ਨੂੰ ਇਸਤੇਮਾਲ ਕੀਤਾ ਗਿਆ। ਫਿਰ ਅਸੀਂ ਦੇਖਿਆ ਕਿ ਖੁਦਾਵੰਦ ਯਿਸੂ ਮਸੀਹ ਨੇ ਉਸ ਜਿਹੜੀ ਆਤਮਿਕ ਪਿਆਸ ਆ ਉਹਦੇ ਵਾਸਤੇ ਇੱਥੇ ਜ਼ਿਕਰ ਕੀਤਾ ਕਿ ਆਤਮਿਕ ਪਿਆਸ ਨੂੰ ਬੁਝਾਉਣ ਵਾਸਤੇ ਪਰਮੇਸ਼ਰ ਨੇ ਅੰਮ੍ਰਿਤ ਜਲ ਦੀ ਜ਼ਿਕਰ ਜਿਹੜਾ ਕੀਤਾ ਗਿਆ ਕਿ ਅੰਮ੍ਰਿਤ ਜਲ ਅਗਰ ਤੂੰ ਮੇਰੇ ਤੋਂ ਮੰਗਦੀ ਤੇ ਜੇ ਤੂੰ ਉਹਨੂੰ ਪੀਂਦਾ, ਜਿਹੜਾ ਕੋਈ ਉਸ ਪਾਣੀ ਨੂੰ ਪੀ ਲੈਂਦਾ ਤਾਂ ਉਹਦੇ ਅੰਦਰੋਂ ਨਦੀਆਂ ਵਗ ਉੱਠਦੀਆਂ ਨੇ, ਉਹ ਮੁੜ ਕੇ ਪਿਆਸਾ ਨਹੀਂ ਰਹਿੰਦਾ। ਫਿਰ ਅਸੀਂ ਬਾਈਬਲ ਦੇ ਵਿੱਚ ਵੇਖ ਰਹੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਪਹਿਲਾ ਮਿਰੇਕਲ ਬਾਈਬਲ ਦੇ ਵਿੱਚ ਆ ਰਿਹਾ ਹੈ ਉਹਦੇ ਵਿੱਚ ਇਹ ਲਿਖਿਆ ਕਿ ਪਾਣੀ ਨੂੰ ਉਹਨਾਂ ਨੇ ਸਰਵ ਕੀਤਾ ਗਿਆ ਉਸਦੀ ਛੋਟਿਸ ਦੀ ਵਜ੍ਹਾ ਦੇ ਨਾਲ, ਪਰ ਲੇਕਿਨ ਪਰਮੇਸ਼ਰ ਨੇ ਉੱਥੇ ਆਪਣੀ ਸਾਮਰਥ ਦੇ ਦੁਆਰਾ ਉਸ ਪਾਣੀ ਨੂੰ ਬਲੈਸ ਕੀਤਾ ਔਰ ਪਾਣੀ ਮੈਦੇ ਵਿੱਚ ਤਬਦੀਲ ਹੋਇਆ। ਅਸੀਂ ਵੇਖਦੇ ਹਾਂ ਤੀਸਰੀ ਗੱਲ ਕਿ ਪਾਣੀ ਜਿਹੜਾ ਹੈ ਜਦੋਂ ਖੁਦਾਵੰਦ ਯਿਸੂ ਮਸੀਹ ਦੇ ਕੋਲ ਨਿਕੋਦੀਮਸ ਆਇਆ ਤਾਂ ਖੁਦਾਵੰਦ ਯਿਸੂ ਮਸੀਹ ਨੂੰ ਉਹਨੇ ਸਵਾਲ ਕੀਤਾ ਕਿ ਕੀ ਕਰਾਂ ਮੈਂ ਕਿ ਮੈਂ ਸਵਰਗ ਦੀ ਬਾਦਸ਼ਾਹੀ ਦੇ ਵਿੱਚ ਐਂਟਰ ਹੋ ਸਕਾਂ, ਅਧਿਕਾਰੀ ਹੋ ਸਕਾਂ। ਖੁਦਾਵੰਦ ਨੇ ਆਖਿਆ ਕਿ ਜਿੰਨੀ ਦੇਰ ਮਨੁੱਖ ਆਤਮਾ ਤੇ ਜਲ ਤੋਂ ਪੈਦਾ ਨਹੀਂ ਹੁੰਦਾ ਤਦ ਤੱਕ ਉਹ ਪਰਮੇਸ਼ਰ ਦੇ ਰਾਜ ਦੇ ਵਿੱਚ ਐਂਟਰ ਨਹੀਂ ਹੋ ਸਕੇਗਾ। ਹਾਲੇਲੂਇਆ। ਜਦ ਤੱਕ ਮਨੁੱਖ ਆਤਮਾ ਤੇ ਜਲ ਤੋਂ ਪੈਦਾ ਨਹੀਂ ਹੁੰਦਾ ਤਦ ਤੱਕ, ਹੁਣ ਜਿਹੜਾ ਆਤਮਾ ਹੈ ਉਹ ਪਾਕਰੂ ਦੀ ਗੱਲ ਕੀਤੀ ਗਈ ਹੈ, ਜਲ ਜਿਹੜਾ ਹੈ ਉਹ ਬਪਤਿਸਮੇ ਦੇ ਵਿੱਚ ਜਦੋਂ ਬਪਤਿਸਮੇ ਦੇ ਵਾਸਤੇ ਤੁਹਾਨੂੰ ਪੂਲ ਦੇ ਵਿੱਚ ਪਾਣੀ ਦੇ ਵਿੱਚ ਉਤਾਰਿਆ ਜਾਂਦਾ ਹੈ ਤਾਂ ਉਹ ਤੁਹਾਨੂੰ ਤੁਹਾਡੇ ਬਦਨ ਨੂੰ ਬੇਸ਼ੱਕ ਲੱਗਦਾ ਹੁੰਦਾ ਹੈ ਕਿ ਇੱਕ ਪਾਕ ਕਰਨ ਵਾਸਤੇ, ਸਾਫ਼ ਕਰਨ ਦੇ ਵਾਸਤੇ, ਇੱਕ ਜਿਹੜਾ ਹੈ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਾਸਤੇ ਤੁਹਾਨੂੰ ਉਸ ਪਾਣੀ ਦੇ ਵਿੱਚ ਗੋਤਾ ਦਿੱਤਾ ਜਾਂਦਾ ਹੈ ਔਰ ਤੁਹਾਨੂੰ ਉੱਥੇ ਵੀ ਇੱਕ ਪਾਕੀਜ਼ਗੀ ਦੀ ਰਸਮ ਜਿਹੜੀ ਤੁਹਾਡੇ ਵਾਸਤੇ ਅਦਾ ਕੀਤੀ ਜਾਂਦੀ ਹੈ। ਫਿਰ ਅਸੀਂ ਵੇਖਦੇ ਹਾਂ ਕਿ ਸ਼ਿਫਾ ਚੰਗਿਆਈ ਦੇ ਵਾਸਤੇ, ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਖੋਲਦੇ ਹਾਂ ਔਰ ਉਸ ਵਚਨ ਦੇ ਵਿੱਚ ਵੀ ਅਸੀਂ ਵੇਖ ਸਕਦੇ ਹਾਂ ਜੋ ਕਿ ਦੂਸਰਾ ਰਾਜਾ 5 ਅਧਿਆਏ ਦੇ ਵਿੱਚ ਨਮਾਨ ਖੋੜੀ ਦਾ ਜ਼ਿਕਰ ਆਉਂਦਾ ਹੈ।
वचन च लिखा कि नमान कोड़ी जिहड़ा सी ओह फौज दा इक सेनापति सीगा, ओह इक फौज दा मोहरी सी, इक वड्डा जिहड़ा है ओह जिहड़ा वड्डा अधिकारी सी फौज दा, पर ओह इन्ना जोरावर सी कि ओह बहुत सारियां उहने जंगां दे उत्ते फतेह पाई सी, लेकिन इस वक्त ओह कोड़ दे नाल भरिया होया सीगा। ऐसी उहनूं बीमारी सी कि उहदे बदन उस बीमारी दे कारण हुण कुछ भी नहीं कर सकता सी, पर लेकिन उस जगह दे उत्ते इक इसराइल दी धी गई, उस उहदे घर दे विच जो नौकराणी बन के रही, उस नौकराणी दे मूंह दे विच इक शब्द निकलिया, कहिंदी जे मेरा स्वामी अलीशा नबी दे कोल हुंदा ਤਾਂ ਕਹਿੰਦੀ ਇਹਦਾ ਕੋਡ ਜਾਂਦਾ ਰਹਿੰਦਾ, ਇਸਰਾਇਲ ਦੀ ਧਰਤੀ ਉੱਤੇ ਜਾਂਦਾ, ਤਾਂ ਕਹਿੰਦਾ ਇਹਦਾ ਇਹਦਾ ਕੋਡ ਜਿਹੜਾ ਹੈ ਉਹ ਜਾਂਦਾ ਰਹਿੰਦਾ। ਵਚਨ ਦੇ ਵਿੱਚ ਲਿਖਿਆ ਹੈ ਕਿ ਉਹਦੀ ਸਵਾਮੀ ਜਿਹੜਾ ਉਹਦਾ ਸਵਾਮੀ ਸੀ ਜਿਸਦੇ ਘਰ ਉਹ ਕੰਮ ਕਰਦੀ ਸੀ, ਨਮਾਨ ਕੋੜੀ ਦੇ ਕੰਨਾਂ ਤੱਕ ਜਦੋਂ ਉਹਦੀ ਬੀਵੀ ਦੇ ਦੁਆਰਾ ਗੱਲ ਪਹੁੰਚੀ ਔਰ ਉਹਨੇ ਉਸ ਸ਼ਹਿਰ ਨੂੰ ਜਾਣ ਦੀ ਤਿਆਰੀ ਕੀਤੀ, ਔਰ ਜਦੋਂ ਉਸਨੇ ਸ਼ਹਿਰ ਨੂੰ ਜਾਣ ਦੀ ਤਿਆਰੀ ਕੀਤੀ ਤੇ ਆਪਣੇ ਪਾਤਸ਼ਾਹ ਦੇ ਕੋਲ ਇੱਕ ਲੈਟਰ ਵੀ ਉਹਨੇ ਸਿਫਾਰਸ਼ੀ ਲੈਟਰ ਲਿਆ, ਔਰ ਲੈਟਰ ਲਿਆ ਜਿਸ ਵਿੱਚ ਉਹਨੂੰ ਬਾਦਸ਼ਾਹ ਦੇ ਕੋਲ ਭੇਜਣ ਦਾ ਉਹਨੂੰ ਜਿਹੜਾ ਹੈ ਲੈਟਰ ਪਰਮਿਸ਼ਨ ਦਿੱਤੀ ਗਈ ਕਿ ਜਾ ਤੂੰ ਉਸ ਦੇਸ਼ ਦੇ ਬਾਦਸ਼ਾਹ ਕੋਲ ਜਾ। ਵਚਨ ਦੇ ਵਿੱਚ ਲਿਖਿਆ ਕਿ ਜਦੋਂ ਉਹ ਬਾਦਸ਼ਾਹ ਦੇ ਕੋਲ ਗਿਆ ਔਰ ਬਾਦਸ਼ਾਹ ਨੇ ਆਪਣੇ ਕੱਪੜਿਆਂ ਨੂੰ ਪਾੜ ਲਿਆ ਔਰ ਰੋਇਆ, ਕਹਿੰਦਾ ਭਲਾ ਮੈਂ ਪਰਮੇਸ਼ੁਰ ਹਾਂ ਕਿ ਤੈਨੂੰ ਮੈਂ ਚੰਗਾ ਕਰ ਸਕਾਂ। ਫਿਰ ਛੋਟ ਦੇ ਵਿੱਚ ਦੱਸਦੀ ਹਾਂ ਕਿ ਜਦ ਉਹਦੀ ਸਮਝ ਨੂੰ ਖੁੱਲਿਆ, ਉਹਨੂੰ ਪਤਾ ਚੱਲਿਆ ਕਿ ਨਹੀਂ ਮੈਂ ਤਾਂ ਅਲੀਸ਼ਾ ਦੇ ਕੋਲ ਜਾਣਾ ਹੈ, ਔਰ ਜਦ ਮੈਂ ਉਸਦੇ ਕੋਲ ਜਾਣਾ ਹੈ ਤੇ ਉਹ ਮੈਨੂੰ ਚੰਗਿਆ ਕਰੇਗਾ, ਬਾਦਸ਼ਾਹ ਨੇ ਚੰਗਿਆ ਕਰੇਗਾ। ਵਚਨ ਚ ਲਿਖਿਆ ਕਿ ਉਹ ਆਪਣੇ ਰੱਥਾਂ ਦੇ ਨਾਲ ਸਮਾਨ ਭਰ ਕੇ ਰੱਥਾਂ ਦੇ ਉੱਤੇ ਲੱਗਿਆ ਕਿ ਮੈਂ ਉਹਨੂੰ ਤੋਹਫੇ ਦੇਵਾਂਗਾ, ਨਜ਼ਰਾਨੇ ਦੇਵਾਂਗਾ। ਤੇ ਉਹਦੇ ਦਿਲ ਦੇ ਅੰਦਰ ਕਿਤੇ ਨਾ ਕਿਤੇ ਇਹ ਗੱਲ ਸੀ ਕਿ ਨਬੀ ਆਏਗਾ ਦਰਵਾਜ਼ੇ ਤੋਂ ਬਾਹਰ ਔਰ ਮੇਰੇ ਕੋੜ ਵਾਲੀ ਜਗ੍ਹਾ ਦੇ ਉੱਤੇ ਹੱਥ ਫੇਰੇਗਾ ਔਰ ਮੈਂ ਚੰਗਾ ਹੋ ਜਾਵਾਂਗਾ। ਲੇਕਿਨ ਜਿਵੇਂ ਹੀ ਨਬੀ ਨੂੰ ਪਤਾ ਚੱਲਿਆ ਕਿ ਨਮਾਨ ਮੇਰੇ ਦਰਵਾਜ਼ੇ ਤੇ ਆ ਖਲੋਤਾ ਹੈ, ਉਹਨੇ ਅੰਦਰੋਂ ਹੀ ਸੁਨੇਹਾ ਭੇਜਿਆ, ਕਹਿੰਦਾ ਜਾ ਕੇ ਜਰਦਨ ਦੇ ਵਿੱਚ 7 ਡੁਬਕੀਆਂ ਲਗਾ ਤੇ ਤੇਰਾ ਕੋੜ ਜਿਹੜਾ ਜਾਂਦਾ ਰਹੇਗਾ। ਨਮਾਨ ਇਸ ਗੱਲ ਨੂੰ ਸੁਣ ਕੇ ਅਪਸੈਟ ਹੋਇਆ, ਉਹਨੂੰ ਇਹ ਗੱਲ ਅੱਛੀ ਨਹੀਂ ਲੱਗੀ ਕਿਉਂਕਿ ਉਹਦੀ ਇੱਕ ਪੋਜੀਸ਼ਨ ਸੀ, ਉਹਦੀ ਇੱਕ ਹੈਸੀਅਤ ਸੀ ਸਮਾਜ ਦੇ ਵਿੱਚ, ਉਹਦਾ ਇੱਕ ਰੁਤਬਾ ਸੀ ਸਮਾਜ ਦੇ ਵਿੱਚ, ਉਹਦੇ ਵਾਸਤੇ ਇਹ ਇੱਕ ਇਨਸਲਟ ਸੀ, ਉਹਨੂੰ ਫੀਲ ਹੋਇਆ ਕਿ ਮੇਰੀ ਇਨਸਲਟ ਹੋ ਗਈ ਕਿ ਮੈਂ ਇੱਕ ਸੈਨਾਪਤੀ ਹਾਂ, ਮੇਰੇ ਵਾਸਤੇ ਬਾਦਸ਼ਾਹ ਜਿਹੜਾ ਨਬੀ ਹੈ ਉਸਨੂੰ ਉੱਠ ਕੇ ਬਾਹਰ ਆਉਣਾ ਚਾਹੀਦਾ ਸੀ ਮੇਰਾ ਵੈਲਕਮ ਕਰਨ ਵਾਸਤੇ, ਸਵਾਗਤ ਕਰਨ ਵਾਸਤੇ, ਲੇਕਿਨ ਨਬੀ ਨੇ ਮੈਨੂੰ ਇਹ ਕਿਉਂ ਕਿਹਾ? ਕਹਿੰਦਾ ਕਿ ਭਲਾ ਜਿਸ ਮੁਲਕ ਤੋਂ ਮੈਂ ਆਇਆ ਹਾਂ ਕਿ ਉੱਥੇ ਨਦੀਆਂ ਨਹੀਂ ਹਨ, ਕਿ ਇਸ ਨਦੀ ਦੇ ਵਿੱਚ ਕੋਈ ਖਾਸ ਖਾਸੀਅਤ ਹੈ? ਮੈਂ ਉੱਥੇ ਨਹੀਂ ਸੀ ਡੁਬਕੀਆਂ ਲਾ ਸਕਦਾ, ਮੈਂ ਉੱਥੇ ਨਹੀਂ ਸੀ ਚੰਗਾ ਹੋ ਸਕਦਾ। ਇੱਥੇ ਉਹਦੀ ਮੈਂ ਬੋਲ ਰਹੀ ਸੀ, ਇੱਥੇ ਉਹਦਾ ਗਰੂਰ ਬੋਲ ਰਿਹਾ ਸੀ, ਜਿਸ ਗਰੂਰ ਦੇ ਨਾਲ ਉਹ ਜਿਵੇਂ ਦੇ ਆਇਆ ਸੀ ਉਸੇ ਤਰ੍ਹਾਂ ਦਾ ਵਾਪਸ ਜਦੋਂ ਜਾ ਰਿਹਾ ਹੈ, ਔਰ ਆਪਣੇ ਮਨ ਦੇ ਵਿੱਚ ਕੁੜਤਨ ਲੈ ਕੇ ਉਹਦੇ ਨਾਲ ਦੇ ਜਿਹੜੇ ਉਹਦੇ ਨੌਕਰ ਚਾਕਰ ਸਨ ਉਹਨਾਂ ਨੇ ਉਹਨੂੰ ਸਮਝਾਇਆ, ਉਹਨਾਂ ਗੱਲ ਕੀਤੀ, ਕਹਿੰਦਾ ਕਿ ਜੇ ਤੂੰ ਚੰਗਾ ਹੋਣਾ ਚਾਹੁੰਦਾ ਹੈ ਤੇ ਜਿਵੇਂ ਨਬੀ ਨੇ ਕਿਹਾ ਹੈ ਜਰਦਨ ਨਦੀ ਦੇ ਵਿੱਚ ਜਾ ਕੇ 7 ਡੁਬਕੀਆਂ ਲਾ ਲਾ ਔਰ ਤੇਰਾ ਕੋੜ ਜਾਂਦਾ ਰਹੇਗਾ। ਵਚਨ ਚ ਲਿਖਿਆ ਕਿ ਉਹਨੇ ਉਹਨਾਂ ਦੀ ਗੱਲ ਸੁਣੀ ਔਰ ਫਿਰ ਜਰਦਨ ਨੂੰ ਉਹ ਮੁੜਿਆ, ਔਰ ਜਦੋਂ ਜਰਦਨ ਨੂੰ ਮੁੜਿਆ ਔਰ ਉਸ ਜਗ੍ਹਾ ਤੇ ਜਾ ਕੇ ਜਿਵੇਂ ਹੀ ਉਹਨੇ 7 ਡੁਬਕੀਆਂ ਲਾਈਆਂ ਤੇ ਉਹਦਾ ਕੋੜ ਜਾਂਦਾ ਰਿਹਾ ਤੇ ਉਹਦੀ ਸਕਿਨ ਜਿਹੜੀ ਸੀ ਇੱਕ ਛੋਟੇ ਨਿਊ ਬੋਰਨ ਬੇਬੀ ਦੀ ਵਾਂਗ ਹੋ ਗਈ। ਹਾਲੇਲੂਇਆ, ਉਹਦੀ ਸਕਿਨ ਨਿਊ ਬੋਰਨ ਬੇਬੀ ਦੀ ਵਾਂਗ ਹੋ ਗਈ। ਇਹ ਹੈ ਫਰਮਾਨੀ ਕੀਤੀ ਹੋਈ ਦੀ ਜਿਹੜੀ ਬਰਕਤ ਖੁਦਾ ਨੂੰ, ਤੰਦਰੁਸਤੀ ਜਿਹੜੀ ਪਰਮੇਸ਼ਰ ਦਿੰਦਾ ਹੈ, ਜੋ ਉਸਨੂੰ ਕਿਹਾ ਗਿਆ ਜਿੰਨੀ ਦੇਰ ਉਹਨੂੰ ਉਸ ਗੱਲ ਨੂੰ ਨਹੀਂ ਸੁਣਿਆ ਤਦ ਤੱਕ ਉਹਦੇ ਜਿਸਮ ਦੇ ਵਿੱਚ ਸ਼ਿਫਾ ਨਹੀਂ ਆਈ, ਤਦ ਤੱਕ ਉਹਨੂੰ ਸ਼ਿਫਾ ਨਹੀਂ ਮਿਲੀ। ਅਲੀਸ਼ਾ ਨਬੀ ਅਗਰ ਇਹ ਵੀ ਜਾ ਕੇ ਕਹਿ ਦਿੰਦਾ ਕਿ ਤੇਰੇ ਇਮਾਨ ਦੇ ਦੁਆਰਾ ਮੇਰੇ ਯਹੋਵਾ ਨੇ ਤੈਨੂੰ ਚੰਗਾ ਕਰ ਦਿੱਤਾ ਹੈ, ਜਾ ਕੇ ਆਪਣੇ ਬਾਦਸ਼ਾਹ ਨੂੰ ਵਿਖਾ, ਤੋ ਚੰਗਾ ਹੋ ਸਕਦਾ ਸੀ? ਨਹੀਂ, ਲੇਕਿਨ ਉਸ ਜਗ੍ਹਾ ਤੇ ਪਰਮੇਸ਼ਰ ਨੇ ਉਹਦੇ ਘਮੰਡ ਨੂੰ, ਉਹਦੇ ਗਰੂਰ ਨੂੰ ਨੀਚੇ ਗਰਾਉਣਾ ਸੀ, ਔਰ ਉਸ ਪਾਣੀ ਦੇ ਵਿੱਚ ਪਰਮੇਸ਼ਰ ਦੀ ਸੱਚਮੁੱਚ ਸਾਮਰਥ ਪਰਮੇਸ਼ਰ ਨੇ ਉਤਾਰੀ ਤਾਂ ਕਿ ਇਹਨੂੰ ਪਤਾ ਚੱਲੇ ਕਿ ਪਰਮੇਸ਼ਰ ਦੇ ਜਿਹੜੀ ਸਾਮਰਥ ਹੈ ਉਹ ਪਾਣੀ ਦੇ ਦੁਆਰਾ ਵੀ ਕੰਮ ਕਰਦੀ ਹੈ। ਹੁਣ ਕੁਛ ਲੋਕਾਂ ਦਾ ਇਹ ਸਵਾਲ ਹੋਏਗਾ ਕਿ ਪਾਣੀ ਹੀ ਦੇ ਦੁਆਰਾ ਕਿਉਂ? ਯਸੂ ਨਾਮ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਯਸੂ ਨਾਮ ਲੈਣ ਦੇ ਨਾਲ ਬਹੁਤ ਸਾਰੇ ਕੰਮ ਹੋ ਜਾਂਦੇ ਨੇ, ਤੇ ਜ਼ਰੂਰੀ ਹੈ ਫਿਰ ਪਾਣੀ ਦੇ ਵਿੱਚ ਡੁਬਕੀਆਂ ਲਾਉਣੀਆਂ? ਤੁਹਾਡੇ ਵਰਗਾ ਹੀ ਨਮਾਨ ਕੋੜੀ ਸੀ ਜਿਹੜੇ ਲੋਕਾਂ ਦੀ ਇਹ ਵਿਚਾਰ ਨੇ
ਬੈਂਸ ਵਸਾਇਆ ਕਰਨ ਦੇ। ਉਹ ਨਮਾਨ ਕੋੜੀ ਦੀ ਤਰ੍ਹਾਂ ਹੀ ਉਹਨਾਂ ਦਾ ਵਿਸ਼ਵਾਸ ਸੀਗਾ, ਤੁਹਾਡਾ ਵਿਸ਼ਵਾਸ ਹੈ ਕਿ ਜਿਵੇਂ ਉਹਨੇ ਵੀ ਪਹਿਲਾਂ ਗਰੂਰ ਕੀਤਾ ਸੀ, ਮੈਂ ਕਿਉਂ ਕਰਾਂ, ਇੱਦਾਂ ਕਿੱਦਾਂ ਹੋ ਸਕਦਾ ਹੈ। ਜਦ ਤੱਕ ਤੁਸੀਂ ਆਪਣੇ ਆਪ ਨੂੰ ਹੰਬਲ ਨਹੀਂ ਕਰਦੇ, ਜਦ ਤੱਕ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਅੱਗੇ ਅਰਪਣ ਨਹੀਂ ਕਰਦੇ, ਜਦ ਤੱਕ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦੇ ਨਹੀਂ, ਤਦ ਤੱਕ ਤੁਸੀਂ ਪਾਣੀ ਦੇ ਦੁਆਰਾ ਵੀ ਨਹੀਂ ਚੰਗੇ ਹੋ ਸਕਦੇ, ਯਸੂ ਨਾਮ ਦੇ ਦੁਆਰਾ ਵੀ ਨਹੀਂ ਚੰਗੇ ਹੋ ਸਕਦੇ। ਫਿਰ ਯਸੂ ਨਾਮ ਦੇ ਵਿੱਚ ਮਾਰ ਕੇ ਦੇਖ ਲਓ, ਦਵਕਾ ਅਗਰ ਬਿਮਾਰੀ ਭੱਜਦੀ ਹੈ ਤਾਂ ਨਹੀਂ ਭੱਜੇਗੀ, ਜਦ ਤੱਕ ਤੁਸੀਂ ਅੰਦਰੋਂ ਨਹੀਂ ਆਪਣੇ ਆਪ ਨੂੰ ਬਦਲਦੇ। ਆਪਣੇ ਆਪ ਨੂੰ ਵਾਸ਼ ਕਰਨਾ ਹੈ ਅਸੀਂ, ਔਰ ਅਸੀਂ ਆਪਣੇ ਆਪ ਨੂੰ ਜਦੋਂ ਬਪਤਿਸਮਾ ਲੈਣਾ, ਅਸੀਂ ਵਾਸ਼ ਕਰਦੇ ਆਪਣੇ ਆਪ ਨੂੰ। ਔਰ ਜਦੋਂ ਬਪਤਿਸਮੇ ਤੋਂ ਬਾਹਰ ਨਮਾਨ ਦਾ ਵੀ ਉਸ ਜਗ੍ਹਾ ਦੇ ਉੱਤੇ ਇੱਕ ਕਿਸਮ ਦਾ ਬਪਤਿਸਮਾ ਠਹਿਰਾਇਆ ਗਿਆ ਸੀ, ਔਰ ਜਦੋਂ ਪਰਮੇਸ਼ਵਰ ਦੇ ਫਰਮਾਨ ਨੂੰ ਪੂਰਾ ਕੀਤਾ ਔਰ ਚੰਗਾ ਹੋ ਗਿਆ। ਸੋ ਖੁਦਾ ਨੇ ਯਿਸੂ ਮਸੀਹ ਦੇ ਅੱਗੇ ਜਾ ਕੇ ਅਸੀਂ ਵਚਨ ਨੂੰ ਜਦੋਂ ਪੜ੍ਹਦੇ ਹਾਂ, ਨਿਊ ਟੈਸਟਮੈਂਟ, ਇਹ ਓਲਡ ਟੈਸਟਮੈਂਟ ਚੋਂ ਮਿੰਟ ਵਿੱਚੋਂ ਗੱਲ ਸੁਣਾਈ ਗਈ, ਜਦੋਂ ਨਿਊ ਟੈਸਟਮੈਂਟ ਨੂੰ ਫਿਰ ਅਸੀਂ ਵੇਖਦੇ ਹਾਂ ਕਿ ਖੁਦਾਵੰ ਯਿਸੂ ਮਸੀਹ ਨੇ ਪਾਣੀ ਲਿਆ ਕਟੋਰੇ ਦੇ ਵਿੱਚ ਔਰ ਆਪਣੇ ਚੇਲਿਆਂ ਦੇ ਪੈਰਾਂ ਨੂੰ ਧੋਣਾ ਸ਼ੁਰੂ ਕਰ ਦਿੱਤਾ, ਔਰ ਪਾਣੀ ਦੇ ਨਾਲ ਪਰਮੇਸ਼ਵਰ ਯਿਸੂ ਮਸੀਹ ਨੇ ਉਹਨਾਂ ਦੇ ਪੈਰ ਧੋਤੇ। ਕਿ ਪੈਰਾਂ ਨੂੰ ਹੀ ਸਾਰੀ ਗੰਦਗੀ ਲੱਗੀ ਹੋਈ ਸੀਗੀ, ਉਹ ਪੈਰ ਉਹਨਾਂ ਦੇ ਗੰਦੇ ਸੀ ਤਦ ਧੋਣਾ ਪਿਆ? ਨੋ, ਪਰਮੇਸ਼ਵਰ ਨੇ ਇੱਕ ਇਗਜ਼ਾਮਪਲ ਸੈੱਟ ਕੀਤੀ। ਪਰਮੇਸ਼ਵਰ ਵੈਸੇ ਵੀ ਕਹਿ ਸਕਦਾ ਸੀ ਪਵਿੱਤਰ ਰਹੋ, ਪਵਿੱਤਰਤਾ ਦੇ ਵਿੱਚ ਬਣੋ ਇਸ ਜਗ੍ਹਾ ਦੇ ਉੱਤੇ। ਭਾਵੇਂ ਸਾਨੂੰ ਨਜ਼ਰ ਆਉਂਦਾ ਹੈ ਕਿ ਖੁਦਾਵੰਦ ਯਿਸੂ ਮਸੀਹ ਹੰਬਲਨੈਸ ਨੂੰ ਇਸ ਜਗ੍ਹਾ ਤੇ ਦੱਸਿਆ ਕਿ ਹਲੀਮ ਬਣੋ, ਨੀਵੇਂ ਬਣੋ, ਦੂਸਰਿਆਂ ਨੂੰ ਉੱਤਮ ਬਣਾਓ, ਉੱਤਮ ਸਮਝੋ ਆਪਣੀ ਜ਼ਿੰਦਗੀ ਦੇ ਵਿੱਚ। ਪਰ ਇਹਦੇ ਨਾਲ ਸਾਨੂੰ ਇੱਥੇ ਪਾਣੀ ਦਾ ਜ਼ਿਕਰ ਆਉਂਦਾ ਹੈ ਕਿ ਖੁਦਾਵੰਦ ਯਿਸੂ ਮਸੀਹ ਨੇ ਪਾਣੀ ਦਾ ਇਸਤੇਮਾਲ ਕੀਤਾ। ਸੋ ਨਿਊ ਓਲਡ ਟੈਸਟਮੈਂਟ ਤੋਂ ਲੈ ਕੇ ਅਸੀਂ ਜਦੋਂ ਨਿਊ ਟੈਸਟਮੈਂਟ ਵਿੱਚ ਪਹੁੰਚਦੇ ਹਾਂ ਤੇ ਪਾਣੀ ਦਾ ਜ਼ਿਕਰ ਆਉਂਦਾ ਹੈ, ਇੱਥੋਂ ਤੱਕ ਕਿ ਪ੍ਰਕਾਸ਼ ਦੀ ਪੋਥੀ ਨੂੰ ਜਦੋਂ ਖੋਲਦੇ ਹਾਂ ਉਹਦੇ ਵਿੱਚ ਵੀ ਪਾਣੀ ਦਾ ਜ਼ਿਕਰ ਆਉਂਦਾ ਹੈ। ਸੋ ਪਾਣੀ ਜਿਹੜਾ ਹੈ ਕੋਈ ਟੂਣਾ ਟਪਾਣਾ ਨਹੀਂ ਹੈ, ਪਾਣੀ ਜਿਹੜਾ ਹੈ ਕੋਈ ਜਾਦੂਗਿਰੀ ਨਹੀਂ ਹੈ, ਪਾਣੀ ਜਿਹੜੀ ਹੈ ਕਿਸੇ ਦੀ ਪਾਣੀ ਦੀ ਵਰਸ਼ਿਪ ਨਹੀਂ ਕੀਤੀ ਜਾਂਦੀ, ਪਾਣੀ ਜਿਹੜਾ ਉਹ ਸਾਡਾ ਪਰਮੇਸ਼ਰ ਨਹੀਂ ਹੈ, ਲੇਕਿਨ ਇਹ ਸਾਡਾ ਇੱਕ ਫੇਥ ਹੈ। ਫੇਥ ਹੈ ਕਿ ਜਿਸ ਫੇਥ ਦੇ ਦੁਆਰਾ ਅਸੀਂ ਜਿਹੜਾ ਪਰਮੇਸ਼ਰ ਤੋਂ ਕੋਲ ਉਸ ਬਰਕਤ ਨੂੰ ਪ੍ਰਾਪਤ ਕਰ ਲੈਂਦੇ ਹਾਂ। ਖੁਦਾਵੰਦ ਯਿਸੂ ਮਸੀਹ ਨੇ ਇੱਕ ਅੰਨੇ ਨੂੰ ਚੰਗਾ ਕੀਤਾ, ਕਿੱਦਾਂ ਕੀਤਾ? ਕਹਿੰਦੇ ਕਿ ਉਹਨੇ ਮਿੱਟੀ ਲਈ, ਮਿੱਟੀ ਨੂੰ ਥੁੱਕਿਆ, ਮਿੱਟੀ ਦੇ ਉੱਤੇ ਥੁੱਕਿਆ ਔਰ ਉਹਨੇ ਮਿੱਟੀ ਨੂੰ ਗੋਇਆ ਉਸ ਥੁੱਕ ਦੇ ਨਾਲ ਔਰ ਅੰਨੇ ਦੀਆਂ ਅੱਖਾਂ ਤੇ ਲਾ ਦਿੱਤਾ ਤੇ ਕਹਿੰਦਾ ਜਾ ਕੇ ਇਹਨੂੰ ਜਾ ਕੇ ਧੋ ਲੈ, ਥੁੱਕ ਵੀ ਪਾਉਣੀ ਜੀ, ਔਰ ਜਾ ਕੇ ਉਹਨੂੰ ਅੱਜ ਤੁਸੀਂ ਕਿਸੇ ਦੇ ਮੂੰਹ ਦੇ ਉੱਤੇ ਥੁੱਕ ਕੇ ਵੇਖੋ, ਜਾਂ ਕਿਸੇ ਨੂੰ ਇਸੇ ਤਰ੍ਹਾਂ ਮਿੱਟੀ ਦੇ ਨਾਲ ਮਿੱਟੀ ਦੇ ਉੱਤੇ ਥੁੱਕ ਪਾ ਕੇ ਉਹਨੂੰ ਕਿਸੇ ਦੀਆਂ ਅੱਖਾਂ ਤੇ ਕਿਸੇ ਦੀ ਸਕਿਨ ਤੇ ਲਗਾ ਕੇ ਦੇਖੋ, ਉਹ ਚੰਗਾ ਹੋਣਾ ਨਹੀਂ ਚਾਹੇਗਾ, ਲੇਕਿਨ ਤੁਹਾਨੂੰ ਜਿਹੜਾ ਹੈ ਜ਼ਰੂਰ ਸਬਕ ਸਿਖਾ ਦੇਗਾ। ਅੱਜ ਦੀ ਦੁਨੀਆ ਦੇ ਵਿੱਚ ਇਹ ਚੱਲ ਰਿਹਾ ਹੈ, ਲੇਕਿਨ ਅਸੀਂ ਦੇਖਦੇ ਹਾਂ ਕਿ ਉੱਥੇ ਕੀ ਮਿੱਟੀ ਦੇ ਵਿੱਚ ਸਾਮਰਥ ਸੀ? ਪਰਮੇਸ਼ਵਰ ਦੇ ਸਾਮਰਥ ਕਿਹੜੀ ਸੀ? ਯਿਸੂ ਦੀ ਸੀ। ਮਿੱਟੀ ਦੇ ਵਿੱਚ ਚੰਗਿਆਈ ਨਹੀਂ ਸੀ, ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਚੰਗਿਆਈ ਸੀਗੀ। ਤੇ ਜਦੋਂ ਅਸੀਂ ਪਾਣੀ ਨੂੰ ਆਪਣੇ ਉੱਤੇ ਇਸਤੇਮਾਲ ਕਰਦੇ ਹਾਂ, ਕਿਸੇ ਵੀ ਤਰ੍ਹਾਂ ਪਾਣੀ ਨੂੰ ਇਸਤੇਮਾਲ ਕਰਦੇ, ਨਹਾਉਣ ਲਈ ਇਸਤੇਮਾਲ ਕਰਦੇ, ਅਗਰ ਅਸੀਂ ਬਿਮਾਰ ਹਾਂ, ਮੈਨੂੰ ਖੂਬ ਥੋੜੇ ਦਿਨ ਦੀ ਗੱਲ ਯਾਦ ਆ, ਕਿਸੇ ਨੇ ਆਖਿਆ ਕਿ ਉਹ ਬੈਕ ਦੇ ਵਿੱਚ ਕਿਸੇ ਦੇ ਬਹੁਤ ਪ੍ਰੋਬਲਮ ਸੀ, ਆਮ ਸ਼ੋਰ ਕਿ ਬੈਕ ਦੀ ਗੱਲ ਕਰ ਰਹੇ ਸੀ, ਕਹਿੰਦੇ ਉਹਨਾਂ ਦੇ ਬੈਕ ਦੇ ਵਿੱਚ ਪ੍ਰੋਬਲਮ ਸੀ, ਕਿਸੇ ਪਰਮੇਸ਼ਵਰ ਦੇ ਦਾਸ ਨੇ ਉਹਨਾਂ ਨੂੰ ਆਖਿਆ ਕਿ ਆਪਣਾ ਬਾਥ ਦਾ ਟੱਬ ਪਾਣੀ ਦਾ ਭਰ ਕੇ ਔਰ ਉਸ ਬਾਥ ਦੇ ਵਿੱਚ ਲੇਟ ਜਾਣਾ ਔਰ ਜਦੋਂ ਤੂੰ ਉੱਠੇਂਗੇ ਤੂੰ ਚੰਗੀ ਹੋ ਜਾਏਂਗੀ। ਉਹ ਇਸੇ ਤਰ੍ਹਾਂ ਉਸ ਔਰਤ ਨੇ ਪਾਣੀ ਦੇ ਟੱਬ ਨੂੰ ਭਰਿਆ। ਪਾਸਟਰ ਅਜੀਤ ਪੈਗਾਨੀ ਜਿਹੜੇ ਅਮੈਰੀਕਾ ਦੇ ਵਿੱਚ ਸਨ ਤੇ ਉਹ ਇਸ ਵੇਲੇ ਨਹੀਂ ਹਨ, ਸੌਂਗੇ ਨੇ ਪ੍ਰਭੂ ਦੇ ਵਿੱਚ, ਉਹਨਾਂ ਨੇ ਇਹ ਤਜਰਬਾ ਜਿਹੜਾ ਕੀਤਾ ਸੀ ਔਰ ਬਹੁਤ ਖੁਦਾਵੰਦ ਦੇ ਪਹੁੰਚੇ ਹੋਏ ਦਾਸ ਸਨ ਔਰ ਲਿਖਿਆ ਉਹਨਾਂ ਨੇ ਦੱਸਿਆ ਉਸ ਟੈਸਟਮਨੀ ਦੇ ਵਿੱਚ ਕਿ ਜਦੋਂ ਉਹਨਾਂ ਨੇ ਆਪਣੇ ਬਾਥ ਦਾ ਟੱਬ ਭਰ ਕੇ ਨਹਾਇਆ ਔਰ ਉਹਦੇ ਵਿੱਚ ਲੇਟੇ ਔਰ ਜਦੋਂ ਬਾਹਰ ਨਿਕਲੇ ਔਰ ਬਿਲਕੁਲ ਉਹ ਚੰਗੇ ਹੋ ਚੁੱਕੇ ਸਨ। ਸੋ ਪਰਮੇਸ਼ਵਰ ਦੇ ਦਾਸਾਂ ਦੇ ਹੁਕਮ ਨੂੰ ਮੰਨਣਾ, ਉਹਦੇ ਤੇ ਮਨ ਲਾ ਲੈਣਾ ਪਰਮੇਸ਼ਵਰ ਦੀ ਸਾਮਰਥ ਦਾ ਉਤਰਨਾ ਹੁੰਦਾ ਹੈ। ਜਦੋਂ ਅਸੀਂ ਬੈਂਸ ਦੇ ਵਿੱਚ ਚਲੇ ਜਾਂਦੇ ਹਾਂ ਤੇ ਬੈਂਸ ਦੇ ਵਿੱਚ ਯਿਸੂ ਨਾਮ ਦਾ ਵੀ ਅਸੀਂ ਲੈ ਲਾਂਗੇ ਤੇ ਤਾਂ ਵੀ ਨਹੀਂ ਅਸੀਂ ਚੰਗੇ ਹੋਣਾ। ਪ੍ਰਾਰਥਨਾ ਕਰਨ ਨੂੰ ਬਹੁਤ ਸਾਰੇ ਮੈਂ ਲੋਕ ਐਸੇ ਦੇਖੇ ਨੇ ਜੋ ਡਿਬੇਟ ਕਰਦੇ ਇੱਕ ਦੂਸਰੇ ਦੇ ਨਾਲ, ਪਰ ਜਦੋਂ ਅਸੀਂ ਉਹਨਾਂ ਦੀਆਂ ਪ੍ਰਾਰਥਨਾ ਸੁਣਦੇ ਤਾਂ ਖਾਲੀ ਜਾਂਦੀਆਂ ਪ੍ਰਾਰਥਨਾਵਾਂ,
ਇੱਕ ਵੀ ਮਿਰੇਕਲ ਉਹਨਾਂ ਦੀ ਪ੍ਰਾਰਥਨਾ ਦੇ ਦੁਆਰਾ ਨਹੀਂ ਹੁੰਦਾ, ਇੱਕ ਵੀ ਕਿਸੇ ਵੀ ਬੰਦੇ ਨੇ ਨਜਾਤ ਨਹੀਂ ਪਾਈ ਹੁੰਦੀ, ਇੱਕ ਵੀ ਬੰਦੇ ਉੱਤੇ ਉਹਨਾਂ ਦੇ ਵਚਨ, ਉਹਨਾਂ ਦੇ ਗਹਿਰੀਆਂ ਕਲਾਮ ਦੀਆਂ ਗੱਲਾਂ ਦੱਸੀਆਂ ਹੋਈਆਂ ਉਹਨਾਂ ਦੇ ਉੱਤੋਂ ਦੇ ਲੰਘ ਜਾਂਦੀਆਂ, ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਕਿਉਂ? ਕਿਉਂਕਿ ਮਨ ਦੇ ਵਿੱਚ ਜਿਹੜੀਆਂ ਸ਼ੁੱਧਤਾ ਦੀ ਜ਼ਰੂਰਤ ਹੈ, ਸ਼ੁੱਧ ਹੋਣ ਦੀ ਮਨ ਨੂੰ ਜ਼ਰੂਰਤ ਹੈ। ਹੁਣ ਸ਼ੁੱਧੀਕਰਨ ਜਿਹੜਾ ਸੀ, ਵੇਖਿਆ ਕਿ ਇਸਰਾਇਲੀਆਂ ਦਾ ਕਿੱਦਾਂ ਪਰਮੇਸ਼ਰ ਨੇ ਉਹਨਾਂ ਨੂੰ ਸ਼ੁੱਧ ਕੀਤਾ, ਉਹ ਸਾਰੀਆਂ ਬਦਕਾਰੀਆਂ ਚੋਂ ਪਰਮੇਸ਼ਰ ਨੇ ਸ਼ੁੱਧ ਕੀਤਾ, ਨਿਰਮਲ ਪਾਣੀ ਛਿੜਕ ਕੇ, ਪਵਿੱਤਰ ਪਾਣੀ ਉਹਨਾਂ ਦੇ ਉੱਤੇ ਛਿੜਕ ਕੇ। ਫਿਰ ਅਸੀਂ ਦੇਖਿਆ ਕਿ ਜਿਹੜੀ ਸਾਮਰੀ ਔਰਤ ਸੀਗੀ, ਸਾਮਰੀ ਔਰਤ ਦੀ ਆਤਮਿਕ ਪਿਆਸ ਜਿਹੜੀ ਉਹ ਕਿੱਦਾਂ ਬੁਝਾਈ ਗਈ, ਖੁਦਾ ਯਿਸੂ ਮਸੀਹ ਦੇ ਨਾਮ ਦੇ ਦੁਆਰਾ ਜਿਹੜੀ ਉਹਦੀ ਪਿਆਸ ਜਿਹੜੀ ਉਹ ਬੁਝਾਈ ਗਈ। ਅਸੀਂ ਫਿਰ ਦੇਖਿਆ ਕਿ ਮਿਰੇਕਲ ਨੂੰ, ਜਿਹੜੀ ਛੋਟੀ ਸੀ ਜਿਹੜੀ ਕਮੀ ਸੀ, ਉਸ ਘਾਟ ਨੂੰ ਕਿੱਦਾਂ ਸ਼ਾਦੀ ਦੇ ਵਿੱਚ ਪੂਰਾ ਕੀਤਾ ਗਿਆ, ਪਾਣੀ ਦੇ ਨਾਲ ਪੂਰਾ ਕੀਤਾ ਗਿਆ। ਉਸ ਘਾਟ ਨੂੰ ਪਾਣੀ ਦੇ ਦੁਆਰਾ ਪਰਮੇਸ਼ਰ ਨੇ ਪਾਣੀ ਨੂੰ ਬਲੈਸ ਕੀਤਾ ਔਰ ਉਸ ਘਾਟ ਨੂੰ ਪੂਰਾ ਕੀਤਾ ਗਿਆ। ਫਿਰ ਦੇਖਿਆ ਕਿ ਰੋਗੀ ਰੋਗ ਤੋਂ ਕਿੱਦਾਂ ਚੰਗਾ ਹੋਇਆ, ਉਹਨੇ ਪਾਣੀ ਦੇ ਵਿੱਚ ਜਾ ਕੇ 7 ਡੁਬਕੀਆਂ ਲਾਈਆਂ ਔਰ ਨਮਾਨ ਕੋੜੀ ਦਾ ਕੋੜ ਜਾਂਦਾ ਰਿਹਾ ਔਰ ਚੰਗਾ ਹੋ ਗਿਆ। ਜੇ ਇਹ ਸਭ ਕੁਝ ਹੋ ਸਕਦਾ ਹੈ ਤਾਂ ਫਿਰ ਤੁਸੀਂ ਲੀਸ਼ਾ ਨਬੀ ਦੇ ਨਾਲ ਵੀ ਜਾ ਕੇ ਡਿਬੇਟ ਕਰ ਸਕਦੇ ਹੋ। ਇਸ ਵੇਲੇ ਤਾਂ ਨਹੀਂ ਹੈ, ਪਰ ਤੁਸੀਂ ਇਸ ਬਾਈਬਲ ਦੇ ਵਿੱਚ ਫਿਰ ਡਿਬੇਟ ਕਰਨਾ ਸ਼ੁਰੂ ਕਰ ਦੋ ਕਿ ਅਲੀਸ਼ਾ ਨੇ ਗਲਤ ਕੀਤਾ ਪਾਣੀ ਦੇ ਵਿੱਚ ਜਿਹੜਾ ਨਮਾਨ ਦੇ ਕੋਲੋਂ ਡੁਬਕੀਆਂ, ਕਿ ਅਲੀਸ਼ਾ ਦੇ ਕਹਿਣ ਦੇ ਨਾਲ, ਅਲੀਸ਼ਾ ਦੀਆਂ ਪ੍ਰਾਰਥਨਾਵਾਂ ਦੇ ਨਾਲ ਜੇ ਮੁਰਦੇ ਚੰਗੇ ਹੋ ਸਕਦੇ ਸਨ, ਇੱਥੋਂ ਤੱਕ ਕਿ ਉਹਦੀਆਂ ਹੱਡੀਆਂ ਦੇ ਨਾਲ, ਮਰੇ ਹੋਏ ਦੀਆਂ ਹੱਡੀਆਂ ਦੇ ਨਾਲ ਜਾ ਕੇ ਮੁਰਦਾ ਟਕਰਾਇਆ ਸੀ ਤੇ ਮੁਰਦਾ ਜਿਉਂਦੀ ਜਾਨ ਹੋ ਗਿਆ ਸੀ, ਤੇ ਕੀ ਉਹਦੇ ਕੋਲ ਇਹ ਸਾਮਰਥ ਨਹੀਂ ਸੀ ਕਿ ਉਹ ਆਪਣੇ ਸ਼ਬਦ ਹੀ ਬੋਲਦਾ ਪਰਮੇਸ਼ਵਰ ਦਾ ਨਾਮ ਲੈ ਕੇ ਤੇ ਨਮਾਨ ਜਿਹੜਾ ਚੰਗਾ ਹੋ ਜਾਂਦਾ? ਨੋ, ਉਸਨੇ ਚਾਹਿਆ ਕਿ ਉਹ ਜਰਦਨ ਦੇ ਵਿੱਚ ਜਾ ਕੇ ਡੁਬਕੀ ਲਗਾਏ ਤੇ ਉਹਦਾ ਕੋੜ ਜਾਂਦਾ ਰਹੇਗਾ, ਤੇ ਐਸਾ ਹੀ ਹੋ ਗਿਆ। ਮੇਰੇ ਅਜ਼ੀਜ਼ੋ, ਜੇ ਅਸੀਂ ਬੈਂਸ ਦੇ ਵਿੱਚ ਜਾਵਾਂਗੇ ਤੇ ਕੋਈ ਵੀ ਚੀਜ਼ ਸਾਡੇ ਲਈ ਬਰਕਤ ਦਾ ਕਾਰਨ ਨਹੀਂ ਹੈ। ਸਿੱਖਣ ਵਾਲੀ ਗੱਲ ਇੱਥੇ ਆ ਕਿ ਜਿਸ ਵੀ ਚੀਜ਼ ਨੂੰ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਲੈਸ ਕਰ ਦਿੰਦੇ ਹਾਂ, ਉਹ ਸਾਡੇ ਵਾਸਤੇ ਬਰਕਤ ਦਾ ਸਬੱਬ ਠਹਿਰਦੀ ਹੈ, ਉਹ ਸਾਡੇ ਵਾਸਤੇ ਮੁਬਾਰਕ ਹੋ ਜਾਂਦੀ ਹੈ। ਸੋ ਪਾਣੀ ਨੂੰ ਅਸੀਂ ਅਗਰ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਬਲੈਸ ਕਰਦੇ ਹਾਂ, ਉਹ ਸਾਡੇ ਵਾਸਤੇ ਮੁਬਾਰਕ ਹੁੰਦਾ ਹੈ, ਉਹਦੇ ਵਿੱਚ ਸਾਡੇ ਲਈ ਤੰਦਰੁਸਤੀ ਨਿਕਲਦੀ ਹੈ, ਉਹਦੇ ਵਿੱਚ ਅਸੀਂ ਪਵਿੱਤਰਤਾਈ ਦੇ ਵਿੱਚ ਸ਼ੁੱਧ ਹੁੰਦੇ ਹਾਂ, ਉਹਦੇ ਵਿੱਚ ਅਸੀਂ ਪਾਪਾਂ ਤੋਂ ਆਜ਼ਾਦ ਹੁੰਦੇ ਹਾਂ, ਉਹਦੇ ਵਿੱਚ ਸਾਡੀਆਂ ਘਾਟਾਂ ਤੇ ਕਮਜ਼ੋਰੀਆਂ ਜਿਹੜੀਆਂ ਹਨ ਉਹ ਪੂਰੀਆਂ ਹੁੰਦੀਆਂ ਨੇ। ਪ੍ਰਭੂ ਪਰਮੇਸ਼ਰ ਇਸ ਵਚਨ ਦੇ ਦੁਆਰਾ ਤੁਹਾਨੂੰ ਵੱਡੀ ਆਸ਼ੀਸ਼ ਤੇ ਬਰਕਤ ਦੇ। ਸੋ ਬਾਦਿਆਂ ਬ੍ਰੇਕ ਵਾਰ, ਬ੍ਰੇਕ ਤੋਂ ਬਾਅਦ ਫੌਰਨ ਹਾਜ਼ਰ ਹੋਵਾਂਗੇ। ਇਫ ਯੂ ਵਾਂਟ ਟੂ ਕਾਲ ਲਾਈਵ, ਯੂ ਕੈਨ ਕਾਲ ਅਸ ਆਫਟਰ ਦਾ ਬ੍ਰੇਕ। ਸੋ ਸੀ ਯੂ ਆਫਟਰ ਦਾ ਬ੍ਰੇਕ। ਥੈਂਕ ਯੂ। The hottest new data offer of the year is with Leica Mobile. Now you can get a phone-busting 40 gigabytes of data with UK Plan Mega, plus unlimited minutes and texts and 100 international minutes for just £20 when you buy online. Valid for 30 days and EU roaming included. This amazing offer is available for both new and existing customers when purchased at leicamobile.co.uk. Terms and conditions apply. Leica Mobile. Happy feet, even at 30,000 feet. Enjoy more legroom. Enjoy Air India Boeing 787 Dreamliner. Amazing feel, amazing features. Hindu dharm vishv ka ek mahaan dharm hai, jo vishv mein shanti phailane wala ek hi dharm hai. Isi dharm ki charcha ke liye लेटेस्ट हिंदुइज्म में MATV के माध्यम से आपसे अनुरोध है कि इसको हर रविवार 8:30 to 9:30 अवश्य देखें। Ideal Glazing Euro Limited in Southall have over 20 years experience in glazing. We are installers and manufacturers of UPVC windows and doors. Our rates are competitive. I'm here to save the children in Nepal and we urgently need your help. With every day that passes, more girls are being trafficked from impoverished villages like this one. Girls like Mina are being lured away from their families by the traffickers. Lots of them are brought to the city where they're sold and forced to work.
It's terrifying. Many of these girls are as young as 9 years old. They're just children. One survivor who escaped to safety told me her story. The traffickers prey on these girls' hopes and dreams. It's disturbingly simple. They just make promises they'll never keep. This trafficking has to stop. Save the Children are here setting up vital child protection programs to teach girls how to recognize the dangers. But we urgently need your help. There's a number on your screen right now. Please call it and give £2 a month. You could help us reach girls like Mina before the traffickers do and protect them from a life of abuse. With every day that passes, more girls are under threat. Please search Mina online or call 0800 055 7605. Your £2 a month could help stop girls like Mina being trafficked. ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਵੈਲਕਮ ਕਰਦੇ ਹਾਂ, ਸਵਾਗਤ ਕਰਦੇ ਹਾਂ। ਜਸ ਜੀ, ਪਿਛਲੇ ਹਫ਼ਤੇ ਆਪਾਂ ਫਰਗਿਵਨੈਸ ਤੇ ਟੌਪਿਕ ਬੋਲਿਆ ਸੀਗਾ। ਬੜਾ ਔਖਾ ਕਿਸੇ ਨੂੰ ਫਰਗਿਵ ਕਰਨਾ। ਤੁਸੀਂ ਇਸ ਨੂੰ ਸਮਝਦੇ ਵੀ ਇੱਕ ਬਹੁਤ ਵੱਡਾ ਇੱਕ ਪ੍ਰਭੂ ਦਾ ਇੱਕ ਹੁਕਮ ਹੈ ਸਾਨੂੰ ਮਾਫ਼ ਕਰਨਾ? ਆਫਕੋਰਸ, ਅਗਰ ਕਿਉਂਕਿ ਪਰਮੇਸ਼ੁਰ ਦੇ ਵਚਨ ਦੇ ਵਿੱਚ ਪਰਮੇਸ਼ੁਰ ਦੇ ਦਾਸ ਨੇ ਇਹ ਸ਼ਬਦ ਬੋਲੇ ਸਨ ਕਿ ਅਗਰ ਤੂੰ ਕਿਸੇ ਨੂੰ ਮਾਫ਼ ਨਹੀਂ ਕਰਦਾ ਤੇ ਤੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਜਿਹੜਾ ਨਹੀਂ ਆਏਗਾ ਜੀ। ਤੇ ਜੇ ਕਹਿੰਦਾ ਤੇਰੇ ਪ੍ਰਾਰਥਨਾ ਦਾ ਜਵਾਬ ਅਸੀਂ ਲੈਣਾ ਚਾਹੁੰਦੇ ਹਾਂ ਤੇ ਫਿਰ ਸਾਨੂੰ ਪਹਿਲਾਂ ਮਾਫ਼ ਕਰਨ ਦੀ ਜ਼ਰੂਰਤ ਹੈ। ਇਸੇ ਨਾਲ ਮੈਂ ਅਜ਼ੀਜ਼ਾਂ ਨੂੰ ਦੱਸਣਾ ਚਾਹੁੰਦੀ ਕਿ ਸਟੂਡੀਓ ਦਾ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਆ ਗਿਆ ਹੈ ਔਰ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਆਪਣੀਆਂ ਪ੍ਰਾਰਥਨਾਵਾਂ, ਅਰਦਾਸਾਂ, ਬੇਨਤੀਆਂ ਦੇ ਵਾਸਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਪਰਮੇਸ਼ੁਰ ਉਮੀਦ ਕਰਦੀ ਹਾਂ ਕਿ ਇਸ ਵਚਨ ਦੇ ਦੁਆਰਾ ਤੁਹਾਨੂੰ ਤਸੱਲੀ ਮਿਲੀ ਹੋਏਗੀ। ਸਾਡੇ ਕੋਲ ਕਾਲਰ ਆ ਪਹੁੰਚੇ ਨੇ। ਹੈਲੋ ਜੀ, ਐਮਸੀ ਦੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ ਜੀ? ਮੈਂ ਜਗਿੰਦਰ ਕੌਰ ਬੋਲਦੀ ਆ। ਜਗਿੰਦਰ ਭੈਣ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਇੱਕ ਤਾਂ ਮੇਰੀ ਬੋਡੀ ਬਹੁਤ ਖਰਾਬ ਜਿਹੀ ਹੋਈ ਆ, ਸਹੀ ਨਹੀਂ ਰਹਿੰਦੀ, ਤੋੜ ਬਹੁਤ ਲੱਗਦੀ ਆ ਸਰੀਰ ਨੂੰ ਜੀ। ਦੂਸਰੀ ਗੱਲ ਮੈਂ ਇਹ ਪੁੱਛਣੀ ਚਾਹੁੰਦੀ ਆ ਵੀ ਮੇਰੇ ਮੂਹਰੇ ਕਈ ਮੇਰੀ ਬੇਇੱਜ਼ਤੀ ਕਰ ਦਿੰਦੇ, ਚੱਟ ਬੇਇੱਜ਼ਤੀ ਕਰ ਦਿੰਦੇ, ਮਗਰੋਂ ਆਣੀ ਫਿਰ ਜਦੋਂ ਬੇਇੱਜ਼ਤੀ ਮੇਰੀ ਕਰ ਦਿੰਦੇ ਫਿਰ ਮਗਰੋਂ ਉਹਨਾਂ ਨੂੰ ਜਵਾਬ ਮੇਰੇ ਕੋਲ, ਤੁਹਾਨੂੰ ਪਤਾ ਯਕੀਨ ਮੈਂ ਜਵਾਬ ਮਿਲ ਜਾਂਦੇ ਆ ਜੀ ਜੀ, ਹੈਨਾ? ਹਾਂਜੀ, ਤੁਸੀਂ ਕਾਹ ਤੇ ਇਦਾਂ ਹੁੰਦੀ ਆ ਮੇਰੇ ਨਾਲ? ਤੁਸੀਂ ਵੀ ਗੁੱਸੇ ਹੋ ਜਾਂਦੇ ਹੋ? ਤੁਸੀਂ ਵੀ ਗੁੱਸੇ ਵਿੱਚ ਆ ਜਾਂਦੇ ਹੋ? ਨਹੀਂ, ਮੈਂ ਗੁੱਸੇ 'ਚ ਨਹੀਂ ਆਉਂਦੀ ਜੀ, ਉਦਾਂ ਹੀ ਫਿਰ ਮੇਰੇ ਮੂੰਹੋਂ ਗੱਲਾਂ ਨਿਕਲ ਜਾਂਦੀਆਂ। ਵਚਨ ਦੇ ਵਿੱਚ ਭੈਣ ਮੇਰੀ ਲਿਖਿਆ ਹੋਇਆ ਕਿ ਨਰਮ ਜਵਾਬ ਗੁੱਸੇ ਨੂੰ ਠੰਡਿਆਂ ਕਰ ਦਿੰਦਾ ਹੈ। ਨਰਮ ਜਵਾਬ ਗੁੱਸੇ ਨੂੰ ਠੰਡਿਆਂ ਕਰ ਦਿੰਦਾ ਹੈ। ਅਗਰ ਤੁਹਾਡੇ ਨਾਲ ਕੋਈ ਐਸਾ ਬਿਹੇਵ ਕਰ ਰਿਹਾ, ਉੱਚੀ ਲਾਊਡ ਵਾਇਸ ਦੇ ਵਿੱਚ ਗੱਲ ਕਰ ਰਿਹਾ, ਉਹਨੂੰ ਕਹੋ ਕਿ ਪ੍ਰਭੂ ਤੈਨੂੰ ਬਰਕਤ ਦੇਵੇ। ਮੈਂ ਉਹਦਾ, ਤੁਸੀਂ ਸੱਚ ਮੰਨੋ, ਮੈਂ ਗੁਰਦੁਆਰੇ ਬਾਬੇ ਸੰਗ ਨਾਲ ਬਹੁਤ ਪਿਆਰ ਕਰਦੀ ਹਾਂ, ਬਹੁਤ ਕੁਛ ਕਰਦੀ ਹਾਂ, ਬੜਾ ਕੁਛ ਕਰ ਚੁੱਕੀ। ਮੇਰਾ ਸਤਿਕਾਰ ਉੱਥੇ ਹੀ ਆ, ਮੈਂ ਕਿਸੇ ਦੇ ਹੋਰ ਥਾਂ ਨਹੀਂ ਜਾਂਦੀ। ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੁੰਦੀ ਕਿ ਕਿਉਂ ਏਦਾਂ ਹੁੰਦੀ? ਪਹਿਲਾਂ ਤਾਂ ਹੁੰਦੀ ਆ, ਗੁਰਦੁਆਰਾ ਨਾਮ ਹੀ ਸੀ ਖੋਲਿਆ, ਬਾਹਰ ਵੀ ਖੋਲਿਆ, ਉਦੋਂ ਵੀ ਮੇਰੀ ਨਾ ਘਰ ਦਾ ਕੋਈ ਇੱਜ਼ਤ ਕਰਦਾ, ਨਾ ਬਾਹਰ ਦਾ ਕੋਈ ਇੱਜ਼ਤ ਕਰਦਾ, ਤੇ ਮੇਰੇ ਤੋਂ ਗੱਲ ਖਾ ਦਿੰਦੇ ਆ। ਦੇਖੋ, ਇਨਸਾਨਾਂ ਤੋਂ ਇੱਜ਼ਤ ਲੈਣ ਦੀ ਇੱਛਾ ਜਿਹੜੀ ਇੱਕ ਪਹਿਲੀ ਗੱਲ ਤੇ ਇਨਸਾਨਾਂ ਤੋਂ ਅਸੀਂ ਇੱਛਾ ਨਹੀਂ ਰੱਖਣੀ ਕਿ ਇਨਸਾਨ ਸਾਡੀ ਇੱਜ਼ਤ ਕਰਨ, ਠੀਕ ਹੈ? ਅਗਰ ਨਹੀਂ ਉਹ ਕਰਦੇ ਤੇ ਤੁਸੀਂ ਪਰਮੇਸ਼ੁਰ ਦੇ ਲੜ ਲੱਗੋ ਔਰ ਪਰਮੇਸ਼ੁਰ ਤੁਹਾਡੀ ਇੱਜ਼ਤ ਨੂੰ ਵਧਾਏਗਾ, ਕਿਉਂਕਿ ਵਚਨ ਦੇ ਵਿੱਚ ਲਿਖਿਆ ਇੱਜ਼ਤ ਤੇਰੀ ਵਧਾਏਗਾ ਯਾਕੂਬ ਦਾ ਖੁਦਾ। ਕੌਣ ਦੱਸ ਦਿੰਦੇ? ਪਤਾ ਨੀ, ਮੈਨੂੰ ਆਵਾਜ਼ ਆ ਜਾਂਦੀ ਆ ਉਹਨੇ ਟਾਈਮ ਤੇ, ਉਹ ਪੂਰਾ ਬੰਦਾ ਹੋ ਜਾਂਦਾ ਜਿੱਦਾਂ ਜੰਮਣ ਦੇ ਅਰਦਾਸ ਕਰ ਦਮ ਅਗਲੇ ਦੇ, ਉਹ ਬੱਚਾ ਜਨਮ ਦਿੰਦਾ। ਅੱਛਾ, ਤੁਹਾਨੂੰ ਆਵਾਜ਼ ਆਉਂਦੀ? ਕਿੱਥੋਂ ਆਵਾਜ਼ ਆਉਂਦੀ? ਮੇਰੇ ਮੂੰਹੋਂ ਗੱਲ ਨਿਕਲ ਜਾਂਦੀ ਆ। ਅੱਛਾ, ਜੋ ਤੁਸੀਂ ਕਹਿੰਦੇ ਆ ਤੇ ਉਹ ਹੋ ਜਾਂਦਾ? ਹਾਂਜੀ, ਹੋ ਜਾਂਦਾ। ਅੱਛਾ ਜੀ, ਤੇ
ਚਲੋ ਇਸ ਦੇ ਬਾਰੇ ਬਹੁਤ ਇੰਟਰਸਟਿੰਗ ਤੁਹਾਡੀ ਸਟੋਰੀ ਆ, ਚੰਗਾ ਲੱਗੂਗਾ ਤੁਸੀਂ ਅਗਰ ਪ੍ਰੋਗਰਾਮ ਤੋਂ ਬਾਅਦ ਸਾਨੂੰ ਕਾਲ ਕਰੋ। ਕਿ ਕਾਲ ਕਰਿਓ ਮੈਨੂੰ ਤੁਹਾਡਾ ਨੰਬਰ ਨਹੀਂ ਸਾਡੇ ਕੋਲ ਹੈ ਕਿਉਂਕਿ ਸਾਨੂੰ ਨਹੀਂ ਪਤਾ ਲੱਗਣਾ ਕਿਹੜਾ ਨੰਬਰ ਤੁਹਾਡਾ ਹੈਗਾ। ਤੁਸੀਂ ਏਦਾਂ ਕਰਨਾ ਕਿ ਹੱਥ ਵਾਲੇ ਤੇ ਸਾਨੂੰ ਫੋਨ ਕਰਦੇ ਹੋ, ਅਸੀਂ ਤੁਹਾਨੂੰ ਵਾਪਸ ਕਰ ਦਾਂਗੇ। ਠੀਕ ਹੈ, ਨੰਬਰ ਸਾਡਾ ਚਲੋ ਕੋਈ ਨਾ ਸਟੂਡੀਓ ਚ ਨੰਬਰ ਲੈ ਲਵਾਂਗੇ ਉੱਥੇ ਤੁਹਾਡਾ। ਹਾਂਜੀ ਚਲੋ ਅਸੀਂ ਕਰ ਦਵਾਂਗੇ। ਠੀਕ ਹੈ, ਚਲੋ ਠੀਕ ਹੈ, ਤੁਹਾਡੇ ਹਨ ਤੁਹਾਡੀ ਸਿਹਤ ਲਈ ਦੁਆ ਕਰਦੇ। ਠੀਕ, ਥੈਂਕ ਯੂ, ਅਰਦਾਸ ਕਰਦੇ। ਥੈਂਕ ਯੂ, ਥੈਂਕ ਯੂ। ਆਈਏ ਅਸੀਂ ਪ੍ਰਾਰਥਨਾ ਕਰਦੇ ਹਾਂ ਸਿਸਟਰ ਜੋਗਿੰਦਰ ਕੌਰ ਵਾਸਤੇ, ਪ੍ਰਭੂ ਪਰਮੇਸ਼ਵਰ ਦੇ ਅੱਗੇ, ਪਰਮੇਸ਼ਵਰ ਦੇ ਅੱਗੇ ਅਸੀਂ ਝੁਕਦੇ ਹਾਂ ਕਿ ਪਰਮੇਸ਼ਵਰ ਇਹਨਾਂ ਦੇ ਬਦਨ ਦੀਆਂ ਦਰਦਾਂ ਨੂੰ ਦੂਰ ਕਰੇ ਔਰ ਇਹਨਾਂ ਨੂੰ ਚੰਗਿਆਈ ਬਖਸ਼ੇ। ਐ ਬਾਪ ਖੁਦਾਵੇਂ ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡੀ ਬੇਟੀ ਜੋਗਿੰਦਰ ਕੌਰ ਖੁਦਾਵੇਂ ਜੋ ਤੁਹਾਡੀ ਹਜ਼ੂਰੀ ਵਿੱਚ ਆਈ ਹੈ, ਇਹ ਵਿਸ਼ਵਾਸ ਰੱਖਦੀ ਹੈ ਕਿ ਪ੍ਰਭੂ ਯਿਸੂ ਮਸੀਹ ਮੈਨੂੰ ਚੰਗਾ ਕਰਨਗੇ। ਪਰਮੇਸ਼ਵਰ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਕਿ ਤੁਹਾਡੇ ਵਿਸ਼ਵਾਸ ਦੇ ਕਾਰਨ ਤੁਸੀਂ ਚੰਗਿਆਈ ਨੂੰ ਪ੍ਰਾਪਤ ਕਰੋਗੇ, ਪਹਾੜਾਂ ਨੂੰ ਹੁਕਮ ਦੇਵੋਗੇ ਔਰ ਉਹ ਪਹਾੜ ਸਮੁੰਦਰ ਦੇ ਵਿੱਚ ਆ ਪੈਣਗੇ। ਪਰਮੇਸ਼ਰ ਅਸੀਂ ਤੁਹਾਡੀ ਬੇਟੀ ਦੇ ਵਿਸ਼ਵਾਸ ਨੂੰ ਵੇਖਦੇ ਹੋਏ ਤੁਹਾਡੇ ਅੱਗੇ ਮੰਗ ਕਰਦੇ ਹਾਂ ਕਿ ਤੁਹਾਡਾ ਪਵਿੱਤਰ ਹੱਥ ਬੜੇ ਔਰ ਤੁਹਾਡੀ ਬੇਟੀ ਜੋਗਿੰਦਰ ਕੌਰ ਨੂੰ ਛੂ ਜਾਏ ਹਰ ਭੁਲੇਖੇ ਤੇ ਹਰ ਖੁਦਾਵੇਂ ਯਿਸੂ ਨਾਸੀ। ਘਰ ਦੇ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਇਹਨਾਂ ਦੇ ਜੀਵਨ ਦੇ ਵਿੱਚ ਜੋ ਹਨ, ਯਿਸੂ ਮਸੀਹ ਉਹਨਾਂ ਤੋਂ ਆਜ਼ਾਦ ਕਰਨਾ। ਇਹਨਾਂ ਦੇ ਖੁਦਾਵ ਜਿੰਨੇ ਇਰਦ ਗਿਰਦ ਲੋਕ ਹਨ ਜਿਹਨਾਂ ਦੇ ਦੁਆਰਾ ਖੁਦਾ ਇਹਨਾਂ ਦਾ ਮਨ ਨੂੰ ਠੇਸ ਪਹੁੰਚਦੀ ਹੈ, ਉਹਨਾਂ ਲਈ ਅਸੀਂ ਪ੍ਰਾਰਥਨਾ ਕਰਦੇ ਕਿ ਉਹਨਾਂ ਨੂੰ ਸਮਝ ਦੇਣਾ, ਬੁੱਧ ਦੇਣਾ, ਤਾਂ ਕਿ ਇਹਨਾਂ ਦਾ ਮਨ ਤਸੱਲੀ ਔਰ ਸ਼ਾਂਤੀ ਨੂੰ ਗ੍ਰਹਿਣ ਕਰ ਸਕੇ ਔਰ ਤੁਹਾਡੇ ਨਾਮ ਦੀ ਜੈ ਜੈਕਾਰ ਕਰ ਸਕਣ। ਖੁਦਾ ਸਾਡੀ ਬੇਨਤੀ ਨੂੰ ਸੁਣੋ ਤੇ ਕਬੂਲ ਕਰੋ, ਖੁਦਾ ਯਿਸੂ ਮਸੀਹ ਦੇ ਨਾਮ ਵਿੱਚ ਲੈ ਕੇ ਮੰਗਦੇ ਤੇ ਸਭ ਕੁਛ ਪਾ ਲੈਂਦੇ ਹਾਂ। ਆਮੀਨ। ਹੈਲੋ ਜੈਮਸੀ ਦੀ, ਹੈਲੋ 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 ਜੈਮਸੀ ਦੀ ਕੌਣ ਬੋਲ ਰਹੇ ਜੀ? ਗੁਡ ਈਵਨਿੰਗ ਸਰ। ਗੁਡ ਈਵਨਿੰਗ। ਆਪ ਸੁਣੇ ਪੁੱਛਣਾ ਦੁਆ ਔਰ ਦਇਆ ਮੇਂ ਕਿਆ ਫਰਕ ਹੈ? ਦਇਆ ਹੋਤੀ ਹੈ ਫਰਿਆਦ ਕਰਨੀ ਔਰ ਇੱਕ ਹੋਤਾ ਹੁਕਮ ਦੇਣਾ। ਹਮ ਕਿਸੇ ਕੋ ਹੁਕਮ ਨਹੀਂ ਦੇ ਸਕਦੇ। ਜੀਸਸ ਜੋ ਥਾ ਬਹੁਤ ਆਲਮਾਈਟੀ ਸਾ ਦਬਾਏ ਸੇ ਜੀ ਜੀ, ਔਰ ਹਮ ਕਹੇ ਹਮ ਹੁਕਮ ਦੇਤੇ ਹੈ, ਹਮਾਰਾ ਹੁਕਮ ਕੋਈ ਸਲੇ ਸੁਣੂਗਾ। ਹਮ ਫਰਿਆਦ ਕਰ ਸਕਦੇ ਜੀਸਸ ਦਾ ਨਾਮ ਲੈ ਸਕਦੇ। ਨਹੀਂ, ਜੀਸਸ ਕੋ ਹੁਕਮ ਨਹੀਂ ਦੇਤੇ ਭਾਈ। ਮੈਂ ਆਪ ਜੋ ਵਰਡ ਹੈ ਵਰਡ ਹੈ ਜੀ ਹਮ ਜੀਤੇ ਜਾਗਤੇ ਹੈ। ਜਬ ਵਰਡ ਡਰੋ ਹੋ ਜਾਏ ਤਾਂ ਹਮ ਖਤਮ ਹੋ ਜਾਏਂਗੇ। ਸਿੰਪਲ ਸੋਰਸ ਹੀ ਹੈ। ਜਬ ਹਮ ਬਿਮਾਰ ਹੋਗੇ ਤਾਂ ਹਮਾਰੇ ਕੱਪੜੇ ਫਸ ਜਾਏਂਗੇ, ਸਭ ਪੁਰਾਣਾ ਹੋ ਜਾਏਗਾ, ਖੁਦਾਵਨ ਨੂੰ ਹੁਕਮ ਦਿੱਤਾ ਜਾਂਦਾ। ਲੋ, ਖੁਦਾਵਨ ਨੂੰ ਹੁਕਮ ਨਹੀਂ, ਪਰਮੇਸ਼ਵਰ ਦੇ ਵਚਨ ਨੂੰ ਜਿਹੜੇ ਬਾਈਬਲ ਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਸਾਨੂੰ ਬਿਮਾਰੀਆਂ ਨੂੰ ਝਿੜਕਣ ਦਾ ਪਰਮੇਸ਼ਵਰ ਨੇ ਇਖਤਿਆਰ ਦਿੱਤਾ। ਕਾਲਰ ਨੂੰ ਕਵਾਂਗੀ ਬਣੇ ਰਹਿਣਾ, ਅਸੀਂ ਤੁਹਾਡੇ ਵੱਲ ਵੱਧਦੇ ਹਾਂ। ਬਿਮਾਰੀਆਂ ਨੂੰ ਝਿੜਕਣ ਦਾ ਇਖਤਿਆਰ ਪਰਮੇਸ਼ਵਰ ਨੇ ਦਿੱਤਾ, ਕਿਉਂਕਿ ਜਦੋਂ ਅਸੀਂ ਮਰਕਸ ਦੀ ਇੰਜੀਲ 16 ਅਧਿਆਇ ਨੂੰ ਪੜ੍ਹਦੇ ਉਹਦੇ ਵਿੱਚ ਲਿਖਿਆ ਕਿ ਤੁਸੀਂ ਰੋਗੀਆਂ ਉੱਤੇ ਹੱਥ ਰੱਖੋਗੇ ਤੇ ਰੋਗੀ ਚੰਗੇ ਹੋ ਜਾਣਗੇ। ਫਿਰ ਅਸੀਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਨੇ ਆਖਿਆ ਕਿ ਤੁਸੀਂ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰੋਗੇ ਔਰ ਤੁਸੀਂ ਬਿਮਾਰੀਆਂ ਨੂੰ ਝਿੜਕੋਗੇ, ਭੂਤਾਂ ਪ੍ਰੇਤਾਂ ਨੂੰ ਝਿੜਕੋਗੇ ਤੇ ਤੁਸੀਂ ਜਿਹੜਾ ਉਹਨਾਂ ਉਹ ਤੁਹਾਡੀ ਆਵਾਜ਼ ਨੂੰ ਸੁਣ ਕੇ ਪਰਮੇਸ਼ਵਰ ਦੀ ਸਾਮਰਥ ਦੇ ਦੁਆਰਾ ਉਹਨਾਂ ਦੇ ਵਿੱਚੋਂ ਨਿਕਲਣਗੇ। ਫਿਰ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਸੱਪਾਂ ਤੇ ਬਿਛੂਆਂ ਦੇ ਸਿਰਾਂ ਨੂੰ ਫੇਵੋਗੇ। ਉਹ ਕੀ ਹੈ? ਬਿਮਾਰੀਆਂ ਦੇ ਰੂਪ ਵਿੱਚ, ਸੱਚੀ ਸੱਪ ਨਹੀਂ ਹੈ, ਸੱਚੀ ਬਿਛੂ ਨਹੀਂ ਹੈ, ਤੁਸੀਂ ਬਿਮਾਰੀਆਂ ਦੇ ਰੂਪ ਦੇ ਵਿੱਚ ਜੋ ਸੱਪ ਦੇ ਵਾਂਗ ਬਿਛੂ ਦੇ ਵਾਂਗ ਜਿਹੜੀਆਂ ਰੀਲੀ ਸਕੇਰੀ ਬਿਮਾਰੀਆਂ ਨੇ ਉਹਨਾਂ ਨੂੰ ਤੁਸੀਂ ਫੇਵੋਗੇ, ਉਹਦੇ ਸਿਰੀ ਨੂੰ ਤੁਸੀਂ ਕਹਿੰਦੇ ਦਬਕਣਾ, ਦਬਕਣਾ ਝਿੜਕਣਾ ਤਾਂ ਹੁਕਮ ਦੇਣੇ ਤੇ ਇੱਕ ਵੱਖਰੀ ਗੱਲ, ਅਸੀਂ ਤਾਂ ਉਹਨਾਂ ਦੇ ਸਿਰੀ ਨੂੰ ਫੇਣ ਦਾ ਪਰਮੇਸ਼ਵਰ ਨੇ ਇਖਤਿਆਰ ਮੇਰੇ ਵੀਰ ਦਿੱਤਾ ਹੈ। ਸੋ ਪ੍ਰਭੂ ਤੁਹਾਨੂੰ ਬਰਕਤ ਦੇ। ਆਈ ਹੋਪ ਤੁਸੀਂ ਬਾਈਬਲ ਨੂੰ ਪੜੋਗੇ। ਜਸ ਜੀ, ਇਸ ਦੇ ਨਾਲ ਪ੍ਰਭੂ ਯਿਸੂ ਮਸੀਹ ਉਸ ਜ਼ਮਾਨੇ ਦੇ ਵਿੱਚ ਕੋਈ ਏਡਸ ਦੀ ਬਿਮਾਰੀ ਨਹੀਂ ਸੀ, ਕੋਈ ਟੀਵੀ ਦੀ ਬਿਮਾਰੀ ਨਹੀਂ ਸੀ, ਕੋਈ ਕੈਂਸਰ ਦੀ ਬਿਮਾਰੀ ਨਹੀਂ ਸੀ। ਅੱਜ ਦੀ ਤਰੀਕ ਵਿੱਚ ਜੋ ਪਰਮੇਸ਼ਵਰ ਦੇ ਦਾਸ ਆਰਡਰ ਦਿੰਦੇ ਆ ਵੀ ਇਹ ਬਿਮਾਰੀ ਤੋਂ ਦਿਖਾ ਦਿਓ, ਯੂਟਿਊਬ ਤੇ ਬਹੁਤ ਸਾਰੀ ਇਸ ਤਰ੍ਹਾਂ ਦੀਆਂ ਟੈਸਟਮਨੀਆਂ, ਅਗਰ ਤੁਸੀਂ ਪੁਆਇੰਟ ਆਊਟ ਕਰਨਾ ਚਾਹੋ। ਨਹੀਂ, ਇਸੇ ਚੈਨਲ ਤੇ ਵੀ ਬਹੁਤ ਸਾਰੇ ਪਰਮੇਸ਼ਵਰ ਦੇ ਕੰਮ ਹੁੰਦੇ ਨੇ। ਯੈਸ, ਅਸੀਂ ਬਿਮਾਰੀਆਂ ਨੂੰ ਝਿੜਕ ਸਕਦੇ ਆ ਜੇ ਸਾਡਾ ਫੇਥ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਲਿਵਿੰਗ ਗੋਡ ਤੇ ਬਿਮਾਰੀਆਂ ਜਿਹੜੀਆਂ ਸਾਡੇ ਹੁਕਮ ਨੂੰ ਜਿਹੜੀਆਂ ਯਿਸੂ ਮਸੀਹ ਦੇ ਨਾਮ ਵਿੱਚ ਹੁਕਮ ਦਿੱਤਾ ਜਾਏਗਾ, ਬਿਮਾਰੀ ਦਾ ਕੋਈ ਕੰਮ ਨਹੀਂ ਕਿ ਉੱਥੇ ਠਹਿਰ ਸਕੇ, ਪਰਮੇਸ਼ਰ ਨੂੰ ਹੁਕਮ ਨਹੀਂ ਦੇ ਸਕੇ ਪਰਮੇਸ਼ਰ। ਇਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ
कि परमेश्वर दे अग्गे असीं फरियाद कर सकदे आं, अरदास कर सकदे आं, सिफारिश कर सकदे आं। हेलो जैमसी दी, मैं दलजीत बोलदी साउथ हॉल तों। दलजीत जी तुहाडा स्वागत करदे, वेलकम करदे, की कहना चाहुंदे हो? हां जी, थैंक यू। मेरी लत्त च पेन बहुत हुंदी, मैं 2 वीकां हो गईयां चर्च भी नहीं जा सकदी, इन्नी क पेन हुंदी, मसल पुल होया सगा मेरे को, मेरे भार नहीं पैंदा, मेरे लिए प्रे कर दो प्लीज। हां बिल्कुल ठीक है, तुसीं अपनी लत्त ते हथ रखो और तेल और पानी ते एंड ते असीं दुआ करांगे, तुसीं ओह वी रेडी रखो। हां जी थैंक यू जी, थैंक यू दलजीत जी, थैंक यू, हालेलुया, थैंक यू जीसस, थैंक यू लॉर्ड। ਐ ਬਾਪ ਖੁਦਾਮ ਯਿਸੂ ਮਸੀਹ ਦੇ ਨਾਮ ਵਿੱਚ ਇੱਕ ਵਾਰੀ ਫਿਰ ਤੁਹਾਡੀ ਹਜ਼ੂਰੀ ਵਿੱਚ ਆਉਂਦੇ ਹਾਂ ਔਰ ਦਲਜੀਤ ਕੌਰ ਵਾਸਤੇ ਪ੍ਰਾਰਥਨਾ ਕਰਦੀ ਕਿ ਸਾਰੀ ਲੱਤ ਦੀ ਦਰਦ ਨੂੰ ਖੁਦਾਮ ਯਿਸੂ ਮਸੀਹ ਦੇ ਨਾਮ ਵਿੱਚ ਹੁਕਮ ਦਿੰਦੇ ਹਾਂ ਕਿ ਦਰਦ ਇਸ ਬਦਨ ਨੂੰ ਛੋੜ ਔਰ ਚਲੀ ਜਾ। ਆਈ ਕਮਾਂਡ ਯੂ ਰਾਈਟ ਨਾਓ ਇਨ ਦਾ ਨੇਮ ਆਫ ਜੀਸਸ, ਯਿਸੂ ਨਾਸਰੀ ਦੇ ਨਾਮ ਵਿੱਚ ਤੁਸੀਂ ਚੰਗੇ ਹੋ ਜਾਓ, ਯਿਸੂ ਨਾਸਰੀ ਦੇ ਨਾਮ ਵਿੱਚ ਤੁਹਾਡੀ ਦਰਦ ਤੁਹਾਡੇ ਬਦਨ ਨੂੰ ਛੋੜੇ ਔਰ ਜਾਏ ਔਰ ਤੁਸੀਂ ਖੁਦਾਮ ਯਿਸੂ ਮਸੀਹ ਦੀ ਗਵਾਹੀ ਦੇ ਨਾਲ, ਗੁੱਡ ਨਿਊਜ਼ ਦੇ ਨਾਲ ਖੜੇ ਹੋ ਜਾਓ, ਖੁਦਾਮ ਯਿਸੂ ਮਸੀਹ ਦੇ ਨਾਮ ਵਿੱਚ ਲੈ ਕੇ ਮੰਗਦੇ ਤੇ ਸਭ ਕੁਛ ਪਾ ਲੈਂਦੇ ਹਾਂ, ਆਮੇਨ, ਆਮੀਨ। ਹੈਲੋ ਜੈਮਸੀ ਦੀ, ਹੈਲੋ, ਹੈਲੋ ਜੈਮਸੀ ਦੀ, ਹੈਲੋ ਜੈਮਸੀ ਜੀ, ਜੈਮਸੀ ਕੌਣ ਬੋਲ ਰਹੇ ਜੀ? ਹਾਂਜੀ ਮੈਂ ਗੁਰਦੀਪ ਬੋਲ ਰਹੀ ਹਾਂ ਜੀ। ਗੁਰਦੀਪ ਜੀ ਕਿਸ ਜਗ੍ਹਾ ਤੋਂ ਬੋਲ ਰਹੇ ਹੋ? ਅਸੀਂ ਰੈਡਬ੍ਰਿਜ ਤੋਂ ਬੋਲ ਰਹੇ ਹਾਂ। ਕੀ ਕਹਿਣਾ ਚਾਹੁੰਦੇ ਭੈਣ ਜੀ? ਮੈਂ ਪ੍ਰਾਰਥਨਾ ਕਰਾਉਣੀ ਸੀ ਬ੍ਰਦਰ, ਮੇਰੇ ਵਾਸਤੇ ਤੇ ਮੇਰੇ ਫਸਲ ਵਾਸਤੇ ਜੀ, ਉਹਨਾਂ ਦੀ ਵੀ ਹੈਲਥ ਵਾਸਤੇ ਕਰਾਉਣੀ ਆ ਜੀ, ਤੇ ਮੈਂ ਵੀ ਕਰਾਉਣੀ ਆ ਦੀ ਹੈਲਥ ਵਾਸਤੇ ਕਰਾਉਣੀ। ਮੇਰੇ ਨਾ ਰਾਈਟ ਹੈਂਡ ਤੇ ਪੇਟ ਦੇ ਵਿੱਚ ਨਾ ਪੇਨ ਜਿਹਾ ਹੁੰਦਾ ਰਹਿੰਦਾ, ਦਰਦ ਜੀ, ਤੇ ਉਸੇ ਰਾਈਟ ਹੈਂਡ ਉੱਪਰ ਤਾਂ ਛਾਤੀ ਦੇ ਵਿੱਚ ਸਾਈਡ ਵੀ ਤੇ ਉੱਥੇ ਵੀ ਦਰਦ ਹੁੰਦਾ ਰਹਿੰਦਾ ਜੀ ਜੀ। ਹਾਂਜੀ ਚਲੋ ਠੀਕ ਹੈ, ਹੁਣ ਵੀ ਅਸੀਂ ਤੁਹਾਡੀ ਦੁਆ ਕਰਦੇ, ਬਾਅਦ ਵਿੱਚ ਸਾਡਾ ਜੋ ਮੋਬਾਈਲ ਨੰਬਰ ਆ ਰਿਹਾ ਨਾ ਲਾਸਟ ਨੰਬਰ 741 ਇੱਥੇ ਸਾਨੂੰ ਫੋਨ ਵੀ ਕਰਿਓ, ਫਿਰ ਤੁਹਾਡੇ ਨਾਲ ਹੋਰ ਤੁਹਾਨੂੰ ਮਿਲ ਕੇ ਤੁਹਾਡੇ ਨਾਲ ਹੋਰ ਦੁਆ ਕਰਾਂਗੇ ਅਸੀਂ। ਠੀਕ ਹੈ ਬ੍ਰਦਰ, ਥੈਂਕ ਯੂ ਜੀ, ਥੈਂਕ ਯੂ, ਗੋਡ ਬਲੈਸ ਯੂ, ਥੈਂਕ ਯੂ। ਆਈਏ ਅਸੀਂ ਗੁਰਦੀਪ ਕੌਰ ਵਾਸਤੇ ਪ੍ਰਾਰਥਨਾ ਕਰਦੇ ਹਾਂ ਔਰ ਉਹਨਾਂ ਦੇ ਜੀਵਨ ਸਾਥੀ ਵਾਸਤੇ ਪ੍ਰਾਰਥਨਾ ਕਰਦੇ ਹਾਂ। ਬਾਪ ਖੁਦਾਵਨ ਯਿਸੂ ਮਸੀਹ ਦੇ ਨਾਮ ਵਿੱਚ ਮੈਂ ਪ੍ਰਾਰਥਨਾ ਕਰਦੀ ਤੇਰੀ ਦਾਸੀ ਹੁੰਦੀ ਹੋਈ, ਪਰਮੇਸ਼ਰ ਯਿਸੂ ਮਸੀਹ ਦੇ ਨਾਮ ਵਿੱਚ ਇਹ ਸਾਰੀ ਦਰਦ, ਪੇਟ ਦੀ ਦਰਦ, ਹਾਰਟ ਨੂੰ ਜੋ ਜਾ ਰਹੀ ਹੈ, ਯਿਸੂ ਮਸੀਹ ਦੇ ਨਾਮ ਵਿੱਚ ਇਸ ਦਰਦ ਨੂੰ ਕੋਈ ਇਸ ਜਗ੍ਹਾ ਤੇ ਕੰਮ ਨਹੀਂ ਆ, ਹੁਕਮ ਦਿੰਦੇ ਕਿ ਇਸ ਬਦਨ ਨੂੰ ਛੋੜੇ ਔਰ ਜਾਏ। ਆਈ ਕਮਾਂਡ ਯੂ ਰਾਈਟ ਨਾਓ ਇਨ ਦਾ ਨੇਮ ਆਫ ਜੀਸਸ, ਹਾਲੇਲੂਇਆ। ਔਰ ਪ੍ਰਾਰਥਨਾ ਕਰਦੀ ਗੁਰਦੀਪ ਕੌਰ ਦੇ ਹਸਬੈਂਡ ਦੇ ਵਾਸਤੇ, ਜੋ ਵੀ ਬਿਮਾਰੀ ਹੈ, ਜੋ ਵੀ ਪਰੇਸ਼ਾਨੀ ਹੈ, ਹਰ ਇੱਕ ਉਸ ਬਿਮਾਰੀ ਦੇ ਉੱਤੇ ਫਤਿਹ ਪਾਉਂਦੇ ਹਾਂ, ਬਾਪ ਬੇਟਾ ਪਾਕਰੂ ਦੇ ਨਾਮ ਵਿੱਚ ਹੁਕਮ ਦਿੰਦੇ ਹਾਂ ਕਿ ਇਸ ਬਦਨ ਨੂੰ ਛੋੜ ਔਰ ਚਲੀ ਜਾ, ਪਰਮੇਸ਼ਰ ਜੋੜੇ ਨੂੰ ਤੰਦਰੁਸਤੀ ਔਰ ਸਲਾਮਤੀ ਦੇਣਾ, ਤਾਂ ਕਿ ਖੁਦਾਵੰਦ ਤੁਹਾਡੇ ਧੀਆਂ ਤੇ ਪੁੱਤਰ ਜਾਂ ਤੰਦਰੁਸਤੀ ਔਰ ਸਲਾਮਤੀ ਨੂੰ ਪ੍ਰਾਪਤ ਕਰਨ ਤੇ ਤੁਹਾਡੇ ਹੀ ਨਾਮ ਨੂੰ ਮੁਬਾਰਕ ਕਹਿ ਸਕਣ। ਬਾਪ ਸਾਡੀ ਪ੍ਰਾਰਥਨਾ ਨੂੰ ਸੁਣੋ ਤੇ ਕਬੂਲ ਕਰੋ, ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਲੈ ਕੇ ਮੰਗਦੇ ਤੇ ਸਭ ਕੁਛ ਪਾ ਲੈਂਦੇ ਹਾਂ, ਆਮੇਨ, ਆਮੇਨ। ਕਾਲਰ ਸਾਡੇ ਕੋਲ, ਹੈਲੋ ਜੈਮਸੀ ਦੀ, ਕੌਣ ਬੋਲ ਰਹੇ ਜੀ? ਮੈਂ ਊਸ਼ਾ ਬੋਲ ਰਹੀ ਹਾਂ ਇੱਥੋਂ ਸਾਊਥ ਹਾਲ ਤੋਂ। ਊਸ਼ਾ ਜੀ ਤੁਹਾਡਾ ਸਵਾਗਤ ਕਰਦੇ, ਵੈਲਕਮ ਕਰਦੇ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੇਰੇ ਨਾ ਆਪਣੇ ਬੇਟੇ ਲਈ ਕਰਾਣੀ ਹੈ, ਉਹਦੀ ਅੱਖ ਦਾ ਆਪਰੇਸ਼ਨ ਹੋਣਾ, ਜਿੱਦਾਂ ਉਹਦਾ ਆਪਰੇਸ਼ਨ ਠੀਕ ਹੋ ਜਾਵੇ ਤੇ ਨਿਗਾ ਵੀ ਉਹਦੀ ਵਾਪਸ ਆ ਜਾਵੇ ਜੀ, ਪ੍ਰੇਅਰ ਕਰਾਣੀ ਮੈਂ ਇਹਨਾਂ ਦਾ। ਬੇਟੇ ਦਾ ਨਾਂ ਕੀ ਹੈ? ਬੇਟੇ ਦਾ ਨਾਂ ਦੱਸਣਾ ਚਾਹੋਗੇ? ਬੇਟੇ ਦਾ ਨਾਂ ਅਜੇ ਹੈ। ਅਜੇ, ਹਾਂਜੀ ਬਿਲਕੁਲ ਠੀਕ ਹੈ। ਊਸ਼ਾ ਜੀ ਉਹਨਾਂ ਦੀ ਅੱਖ ਦੀ ਰੋਸ਼ਨੀ ਘੱਟ ਆ ਜਾਂ ਕਿਸ ਤਰੀਕੇ ਦਾ ਆਪਰੇਸ਼ਨ ਹੋਣਾ? ਆਪਰੇਸ਼ਨ ਹੋਣਾ, ਉਹਨਾਂ ਦੀ ਨਜ਼ਰ ਥੋੜੀ ਬਹੁਤੀ ਹੈ। ਹਾਂਜੀ ਚਲੋ ਕੋਈ ਨੀ, ਅਸੀਂ ਨਾ ਐਂਡ ਤੇ ਤੇਲ ਔਰ ਪਾਣੀ ਤੇ ਦੁਆ ਕਰਿਆ ਕਰਦੇ, ਤੁਸੀਂ ਤੇਲ ਔਰ ਪਾਣੀ ਦੇ ਛਿੱਟੇ ਮਾਰਨਾ ਉੱਤੇ ਅੱਖ ਤੇ। ਇੱਕ ਅੱਖ ਦੀ ਥੋੜੀ ਹੈ, ਇੱਕ ਦੀ ਠੀਕ ਹੈ, ਜਿੱਦਾਂ ਤੇ ਜਿਹਦੀ ਥੋੜੀ ਹੈ ਓਕੇ ਉਹਦਾ ਆਪਰੇਸ਼ਨ ਕਰਨਾ ਹੈ ਉਹਨਾਂ ਨੇ। ਗਲਾਸ ਦੇ ਵਿੱਚ ਪਾਣੀ ਰੱਖ ਲੋ, ਤੁਸੀਂ 5 ਮਿੰਟ ਰਹਿੰਦਾ, ਹੋਰ 5-10 ਮਿੰਟਾਂ ਬਾਅਦ ਅਸੀਂ ਦੁਆ ਕਰਾਂਗੇ। ਥੈਂਕ ਯੂ, ਹਾਲੇਲੂਇਆ, ਹਾਲੇਲੂਇਆ। ਖੁਦਾਮ ਸੱਚਮੁੱਚ ਤੁਸੀਂ ਸਮਰਥੀ ਬਾਪ ਹੋ ਔਰ ਖੁਦਾਵੰਦ ਸਾਡਾ ਇਮਾਨ ਹੈ ਕਿ ਤੁਸੀਂ ਸਾਡੀਆਂ ਪ੍ਰਾਰਥਨਾ ਨੂੰ ਸੁਣੋਗੇ ਔਰ ਉੱਤਰ ਦੇਵੋਗੇ, ਕਿਉਂਕਿ ਖੁਦਾਵੰਦ ਤੇਰੇ ਵਚਨ ਦੇ ਵਿੱਚ ਲਿਖਿਆ ਕਿ ਧਰਮੀ ਜਨ ਦੀਆਂ ਪ੍ਰਾਰਥਨਾਵਾਂ ਤੋਂ ਬਾਲਾ ਅਸਰ ਹੁੰਦਾ ਹੈ। ਇਹ ਬਾਪ ਅਸੀਂ ਇਮਾਨ ਰੱਖਦੇ ਹਾਂ ਕਿ ਬੇਟੇ ਅਜੇ ਦੀ ਪ੍ਰਾਰਥਨਾ ਨੂੰ ਤੁਸੀਂ ਸੁਣੋਗੇ, ਉਹਦੀ ਅੱਖ ਦੀ ਜੋ ਕਮਜ਼ੋਰੀ, ਉਸ ਕਮਜ਼ੋਰੀ ਤੋਂ ਉਸ ਬੱਚੇ ਨੂੰ ਆਜ਼ਾਦ ਕਰੋਗੇ। ਇਹ ਅੱਖ ਦਾ ਧੁੰਦਲਾਪਨ ਯਿਸੂ ਮਸੀਹ ਦੇ ਨਾਮ ਵਿੱਚ ਤੈਨੂੰ ਹੁਕਮ ਦਿੰਦੇ ਹਾਂ ਕਿ ਇਹਦੀ ਅੱਖ ਨੂੰ ਛੋੜ ਔਰ ਚੱਲਿਆ ਜਾ। I command you right now in the name of Jesus.
परमेश्वर मैं प्रार्थना कर दी तेरा बेटा तेरे द्वारा सामर्थ दे तेरी सामर्थ दे द्वारा चंगा हो जाए और बेनती कर दे खुदा यीशु तुहाडे अगे फरियाद कर दे हां कि वो पानी जो पवित्र तुहाडी प्रार्थना दे द्वारा किया जा रहा है परमेश्वर ओदे अख दियां हर एक धुंधलेपन नूं खत्म कर सके ओ पानी पानी नहीं बल्कि तुहाडा ओ पाक लहू बने जिसके द्वारा तुहाडे रोगी तुहाडे नाम विच चंगे हुंदे ने और खुदा नूं पापी पापा तो आजाद हुंदे ने ताकि खुदावन तुहाडी सामर्थ नूं तुहाडा बेटा जाण सके। खुदावन यीशु साडी प्रार्थना नूं सुनो और कबूल करो। खुदावन यीशु मसीह दे नाम विच लैके मंगदे ते सब कुछ पा लैंदे हां। आमेन। आमीन। जे असीं जदों असीं खाणे ते दुआ करदे उस च पानी भी शामिल हुंदा है। जी पानी भी शामिल हुंदा है, अपना खाना भी शामिल हुंदा है। इह साडे लई क्यों जरूरी है अपने खाने दी दुआ ते दुआ करनी? प्रार्थना से हर एक वस्तु ते करदे हां क्योंकि कॉलर आ पहुंचे हां कॉलर इत्थे जवाब दे लो फिर असीं कॉलर दे नाल गल करांगे। क्योंकि साडियां चीजां जिहड़ियां बाहर तों आउंदियां ने जां अंदर तों भी होण जी कि जदों असीं खुदावन यीशु मसीह दे नाम विच ओहनूं ब्लेस करदे हां ਭਾਵੇਂ ਰੋਟੀ ਹੋਵੇ ਭਾਵੇਂ ਪਾਣੀ ਹੋਵੇ ਉਹਦੀ ਨੈਗੇਟਿਵ ਐਨਰਜੀ ਜਿਹੜੀ ਹੁੰਦੀ ਹੈ ਨੈਗੇਟਿਵ ਜਿਹੜੀਆਂ ਸਾਨੂੰ ਚੀਜ਼ਾਂ ਉਹਦੇ ਵਿੱਚ ਹੁੰਦੀਆਂ ਨੇ ਉਹ ਖਤਮ ਹੁੰਦੀਆਂ ਨੇ ਤੇ ਉਹਦੀਆਂ ਪੋਜ਼ਿਟਿਵ ਜਿਹੜੀਆਂ ਪੋਜ਼ਿਟਿਵ ਐਨਰਜੀ ਸਾਨੂੰ ਮਿਲਦੀ ਹੈ ਮਤਲਬ ਕਿ ਉਸ ਖਾਣੇ ਤੋਂ ਤਾਂ ਕਿ ਸਾਨੂੰ ਕੋਈ ਨੁਕਸਾਨ ਨਾ ਹੋ ਸਕੇ ਅਸ਼ੁੱਧਤਾ ਦੂਰ ਹੁੰਦੀ ਹੈ ਸ਼ੁੱਧ ਹੋ ਜਾਂਦੇ ਜੀ ਬਿਲਕੁਲ ਜੀ ਹੈਲੋ ਜੈਮਸੀ ਦੀ ਜੈਮਸੀ ਦੀ ਕੌਣ ਬੋਲ ਰਹੇ ਜੀ ਹਾਂਜੀ ਮੈਂ ਨਿਰਮਲਾ ਬੋਲਦੀ ਹਾਂ ਨਿਰਮਲਾ ਜੀ ਤੁਹਾਡਾ ਸਵਾਗਤ ਕਰਦੇ ਹਾਂ ਵੈਲਕਮ ਕਰਦੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਕਿ ਮੇਰੇ ਹਸਬੰਡ ਦਾ ਆਪਰੇਸ਼ਨ ਹੋਣਾ ਆ ਮੰਗਲਵਾਰ ਨੂੰ ਅੱਖ ਦਾ ਜਿੱਦਾਂ ਨਾ ਮੋਤੀ ਆਉਦੇ ਆ ਅੱਖ ਦੇ ਜਸਪ੍ਰੀਤ ਅੱਛਾ ਜੀ ਤੇ ਮੋਤੀ ਦਾ ਆਪਰੇਸ਼ਨ ਹੋਣਾ ਆ ਮੰਗਲਵਾਰ ਨੂੰ ਬਲਬੀਰ ਸਿੰਘ ਨਾਰਾਜ਼ਗੀ ਨੀ ਕਿਉਂਕਿ ਲਾਈਫ ਸਾਡੀ ਬਹੁਤ ਬਿਜ਼ੀ ਆ ਸਪੈਸ਼ਲੀ ਵੀਕਐਂਡ ਤੇ ਬਹੁਤ ਬਿਜ਼ੀ ਹੁੰਦੀ ਹੈ ਬਿਲਕੁਲ ਥੈਂਕ ਯੂ ਭੈਣ ਜੀ ਆਪਾਂ ਹੁਣ ਐਟ ਦਾ ਮੂਮੈਂਟ ਆਪਾਂ ਟੂ ਦਾ ਪੁਆਇੰਟ ਹੀ ਗੱਲ ਕਰ ਸਕਦੇ ਹਾਂ ਤੇ ਟੈਲੀਫੋਨ ਰੱਖੋ ਅਸੀਂ ਦੁਆ ਕਰਦੇ ਹਾਂ ਤੁਹਾਡੇ ਲਈ ਅੱਛਾ ਠੀਕ ਆ ਥੈਂਕ ਯੂ ਥੈਂਕ ਯੂ ਹਾਲੇਲੂਇਆ ਹਾਲੇਲੂਇਆ ਬਾਪ ਖੁਦਾਵੰਨ ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਪ੍ਰਾਰਥਨਾ ਕਰਦੇ ਹਾਂ ਆਪਣੇ ਭਰਾ ਵਾਸਤੇ ਜਿਨ੍ਹਾਂ ਦੀ ਅੱਖ ਦਾ ਆਪਰੇਸ਼ਨ ਹੋਣ ਵਾਸਤੇ ਜਾ ਰਿਹਾ ਖੁਦਾਵੰਨ ਅਸੀਂ ਜਾਣਦੇ ਕਿ ਡਾਕਟਰਾਂ ਨੂੰ ਸਮਝ ਤੇ ਬੁੱਧ ਵੀ ਤੁਸੀਂ ਦਿੱਤੀ ਹੈ ਔਰ ਪਰਮੇਸ਼ਵਰ ਜਦ ਤੱਕ ਤੁਹਾਡੀ ਦਇਆ ਤੁਹਾਡੀ ਕਿਰਪਾ ਨਹੀਂ ਹੁੰਦੀ ਤਦ ਤੱਕ ਡਾਕਟਰਾਂ ਦੀ ਸਮਝ ਵੀ ਖੁੱਲ ਨਹੀਂ ਸਕਦੀ ਪਰਮੇਸ਼ਵਰ ਇਸ ਲਈ ਅਸੀਂ ਪ੍ਰਾਰਥਨਾ ਕਰਦੇ ਕਿ ਜਿਹੜੇ ਆਪਰੇਸ਼ਨ ਇਹਨਾਂ ਦਾ ਆਪਰੇਸ਼ਨ ਕਰਨ ਵਾਸਤੇ ਆਪਣੇ ਹੱਥਾਂ ਨੂੰ ਬੜਾਣ ਪਰਮੇਸ਼ਵਰ ਉਸ ਵੇਲੇ ਉਹਨਾਂ ਦੇ ਹੱਥ ਨਹੀਂ ਬਲਕਿ ਤੇਰੀ ਸਾਮਰਥਕਾਰੀਆ ਕਰੇ ਪਰਮੇਸ਼ਵਰ ਔਰ 100% ਉਸ ਅੱਖ ਦੀ ਪੂਰੀ ਤਰ੍ਹਾਂ ਰੋਸ਼ਨੀ ਵਾਪਸ ਆਏ ਪਰਮੇਸ਼ਵਰ ਔਰ ਤੇਰਾ ਬੇਟਾ ਖੁਦਾ ਨੂੰ ਗਵਾਹੀ ਦੇ ਨਾਲ ਖੜਾ ਹੋ ਸਕੇ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦੀ ਹਾਂ ਤਮਾਮ ਨੈਗੇਟਿਵ ਐਨਰਜੀਸ ਜੋ ਇਹਨਾਂ ਦੇ ਵਿੱਚ ਹਾਲੇ ਵੀ ਨੇ ਪਰਮੇਸ਼ਵਰ ਉਹਨਾਂ ਦੇ ਵਿੱਚੋਂ ਇਹਨਾਂ ਨੂੰ ਆਜ਼ਾਦ ਕਰੋ ਪਰਮੇਸ਼ਵਰ ਕੰਪਲੀਟਲੀ ਹੀਲ ਦੈਮ ਹਾਲੇਲੂਇਆ ਔਰ ਪਰਮੇਸ਼ਵਰ ਤੁਹਾਡੇ ਵਚਨ ਦੇ ਦੁਆਰਾ ਇਹ ਸ਼ੁੱਧ ਹੋ ਜਾਣ ਹਾਲੇਲੂਇਆ ਖੁਦਾਵੰਨ ਇਹਨਾਂ ਦੇ ਘਰ ਦੇ ਵਿੱਚ ਜਿੱਥੇ ਰਹਿ ਰਹੇ ਨੇ ਪਰਮੇਸ਼ਵਰ ਤੁਹਾਡੀ ਸਾਮਰਥ ਉੱਥੇ ਜਾਏ ਔਰ ਪਰਮੇਸ਼ਵਰ ਪ੍ਰਾਰਥਨਾ ਕਰਦੇ ਹਰ ਬੰਧਨ ਖੁਦਾਵੰਨ ਯਿਸੂ ਮਸੀਹ ਦੇ ਨਾਮ ਵਿੱਚੋਂ ਟੁੱਟਣ ਔਰ ਆਜ਼ਾਦ ਹੋਣ ਪਰਮੇਸ਼ਵਰ ਕੰਪਲੀਟਲੀ ਉਹਨਾਂ ਨੂੰ ਰਿਹਾਈ ਦੇਣਾ ਪਰਮੇਸ਼ਵਰ ਤਾਂ ਕਿ ਤੁਹਾਡੇ ਨਾਮ ਦੀ ਗਵਾਹੀ ਹੋ ਸਕੇ ਤੁਹਾਡਾ ਨਾਮ ਖੁਦਾ ਨੂੰ ਉੱਚਾ ਕੀਤਾ ਜਾਏ ਐ ਬਾਪ ਸਾਡੀ ਪ੍ਰਾਰਥਨਾ ਨੂੰ ਸੁਣੋ ਤੇ ਕਬੂਲ ਕਰੋ ਖੁਦਾਵੰਨ ਯਿਸੂ ਮਸੀਹ ਦੇ ਨਾਮ ਵਿੱਚ ਲੈ ਕੇ ਮੰਗਦੇ ਤੇ ਸਭ ਕੁਛ ਪਾ ਲੈਂਦੇ ਹਾਂ ਆਮੇਨ ਆਮੇਨ ਜਸੀ ਜਦੋਂ ਅਸੀਂ ਜੋ ਡਾਕਟਰ ਦੇ ਜਾਂਦੇ ਕਈ ਵਾਰੀ ਡਾਕਟਰ ਇਸ ਤਰ੍ਹਾਂ ਦੇ ਹੁੰਦੇ ਨਾ ਤੁਹਾਡੀ ਨਬਜ਼ ਦੇਖਦੇ ਆ ਨਾ ਤੁਹਾਡੇ ਨਾਲ ਗੱਲਬਾਤ ਕਰਦੇ ਕਹਿੰਦੇ ਉਹ ਜਸ ਓਨਲੀ ਵਾਇਰਸ ਉਦੋਂ ਤੁਸੀਂ ਬੜੇ ਡਿਸਪੋਇੰਟਡ ਹੁੰਦੇ ਆ ਇਸੇ ਤਰ੍ਹਾਂ ਜਦੋਂ ਅਸੀਂ ਪਾਣੀ ਤੇ ਦੁਆ ਕਰਦੇ ਲੋਕਾਂ ਦਾ ਵਿਸ਼ਵਾਸ ਵੱਧ ਜਾਂਦਾ ਹੈ ਵੀ ਲੋਕੀ ਕੁਛ ਨਾ ਕੁਛ ਚਲੋ ਸਾਡੇ ਲਈ ਇੱਕ ਦੁਆ
ਇਹਨਾਂ ਨੇ ਕੀਤੀ ਪਾਣੀ ਤੇ ਉਹਦੇ ਨਾਲ ਠੀਕ ਹੁੰਦੇ, ਤੁਸੀਂ ਕਿਸ ਦੇ ਬਾਰੇ ਸਮਝੇ? ਦੇਖੋ ਜੇਕਰ ਜੀ ਬਹੁਤ ਸਾਰੇ ਲੋਕ ਇਹਦੀ ਓਪੋਜ਼ਿਟ ਵੀ ਗੱਲ ਕਰਦੇ ਨੇ ਕਿ ਫਿਰ ਪਾਣੀ ਤੇ ਵਿਸ਼ਵਾਸ ਹੋ ਜਾਂਦਾ, ਜੀ ਜੀ ਯਿਸੂ ਤੇ ਨਹੀਂ ਹੁੰਦਾ। ਹੁਣ ਤੁਸੀਂ ਦੇਖੋ ਕਿ ਇਹਦਾ ਜਵਾਬ ਇਹ ਹੈ ਕਿ ਪਾਣੀ ਕਿਹਦੇ ਨਾਮ ਤੇ ਬਲੈਸ ਕੀਤਾ ਗਿਆ? ਜੀ ਪਾਣੀ ਯਿਸੂ ਦੇ ਨਾਮ ਤੇ ਬਲੈਸ ਕੀਤਾ ਗਿਆ। ਜੀ ਓਰਡੀਨਰੀ ਵੋਟਰ ਹੈ, ਪਰ ਕਾਲਰ ਨੂੰ ਕਵਾਂਗੀ ਸਾਡੇ ਨਾਲ ਬਣੇ ਰਹਿਣਾ, ਪਰ ਲੇਕਿਨ ਜਦੋਂ ਤੁਸੀਂ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਕਿਸੇ ਵੀ ਚੀਜ਼ ਨੂੰ ਬਲੈਸ ਕਰਦੇ ਹੋ, ਸੱਚਮੁੱਚ ਉਹਦੇ ਸਾਮਰਥ ਦੇ ਨਾਲ ਭਰਦੀ ਹੈ, ਤੁਹਾਡਾ ਵਿਸ਼ਵਾਸ ਯਿਸੂ ਤੇ ਹੁੰਦੇ ਕਿਉਂਕਿ ਯਿਸੂ ਦੇ ਨਾਮ ਦੇ ਵਿੱਚ ਤੁਸੀਂ ਉਹਨੂੰ ਬਲੈਸ ਕੀਤਾ, ਤਾਂ ਤੁਸੀਂ ਆਪਣੇ ਫੇਥ ਦੇ ਨਾਲ ਜਿਹੜਾ ਚੰਗਾ ਹੁੰਦੇ ਨੇ ਸਾਡੇ ਕੋਲ ਕਾਲਰ ਆ ਪਹੁੰਚੇ। ਹੈਲੋ ਜੈਮਸੀ ਜੀ। ਹੈਲੋ ਜੈਮਸੀ। ਜੈਮਸੀ ਜੀ ਕੌਣ ਬੋਲ ਰਹੇ ਜੀ? ਮੈਂ ਬਲਵਿੰਦਰ ਬੋਲਦੀ ਹਾਂ। ਬਲਵਿੰਦਰ ਜੀ ਤੁਹਾਡਾ ਸਵਾਗਤ ਕਰਦੇ ਹਾਂ, ਵੈਲਕਮ ਕਰਦੇ, ਕੀ ਕਹਿਣਾ ਚਾਹੁੰਦੇ ਹੋ? ਮੈਂ ਪਲੇ ਕਰਾਉਣੀ ਹੈ। ਕਿਸ ਮਕਸਦ ਵਾਸਤੇ? ਜਸਟਿਨ ਪਤਾਇਆ। ਚਲੋ ਠੀਕ ਹੈ, ਜਸੀ ਜੀ ਗੱਲ ਕਰੋ। ਓਕੇ ਬਲਵਿੰਦਰ ਜੀ, ਥੈਂਕ ਯੂ ਤੁਸੀਂ ਕਾਲ ਕੀਤਾ, ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ। ਗੋਡ ਬਲੈਸ ਯੂ। ਆਈਏ ਅਸੀਂ ਬਲਵਿੰਦਰ ਕੌਰ ਵਾਸਤੇ ਪ੍ਰਾਰਥਨਾ ਕਰਦੇ ਹਾਂ। ਬਾਪ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਤੁਹਾਡਾ ਸ਼ੁਕਰ ਅਦਾ ਕਰਦੇ ਹਾਂ ਕਿ ਅੱਜ ਤੱਕ ਬਲਵਿੰਦਰ ਕੌਰ ਦੀ ਜ਼ਿੰਦਗੀ ਨੂੰ ਤੁਸੀਂ ਸੰਭਾਲਿਆ, ਔਰ ਪਰਮੇਸ਼ੁਰ ਤੁਸੀਂ ਜ਼ਿੰਦਗੀ ਬਖਸ਼ੀ ਹੈ, ਔਰ ਜੋ ਉਹਦੇ ਬਦਨ ਦੇ ਵਿੱਚ ਕਮਜ਼ੋਰੀਆਂ ਨੇ, ਔਰ ਪਰਮੇਸ਼ੁਰ ਉਹਨਾਂ ਬਿਮਾਰੀਆਂ ਦੇ ਵਿੱਚ ਦੀ ਵੀ ਤੁਸੀਂ ਆਪਣੀ ਬੇਟੀ ਨੂੰ ਅੱਜ ਤੱਕ ਸੰਭਾਲ ਕੇ ਰੱਖਿਆ, ਬਣਾਈ ਰੱਖਿਆ। ਉਹਨਾਂ ਬਿਮਾਰੀਆਂ ਨੂੰ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਤੂੰ ਹੁਕਮ ਦਿੰਦੇ ਹਾਂ ਕਿ ਉਹਨਾਂ ਦੇ ਬਦਨ ਨੂੰ ਛੋੜਨ ਔਰ ਚਲੀਆਂ ਜਾਣ। ਐ ਬਾਪ ਤੁਹਾਡੇ ਬੇਟੇ ਯਿਸੂ ਮਸੀਹ ਦੇ ਨਾਮ ਵਿੱਚ ਤੁਹਾਡੀ ਬੇਟੀ ਬਲਵਿੰਦਰ ਕੌਰ ਚੰਗੀ ਹੋ ਜਾਏ, ਕੰਪਲੀਟਲੀ ਹੀਲ ਹਰ ਇਨ ਦਾ ਨੇਮ ਆਫ ਜੀਸਸ, ਹਾਲੇਲੂਇਆ। ਔਰ ਖੁਦਾਵੰਦ ਗਵਾਹੀ ਦੇ ਨਾਲ ਖੜੀ ਹੋ ਸਕੇ, ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਲੈ ਕੇ ਮੰਗਦੇ ਤੇ ਸਭ ਕੁਝ ਪਾ ਲੈਂਦੇ ਹਾਂ। ਆਮੇਨ। ਆਮੇਨ। ਗੋਡ ਬਲੈਸ ਯੂ ਬਲਵਿੰਦਰ ਕੌਰ ਜੀ। ਜਸੀ ਆਪਣੇ ਆਰਡੀਨੇਸ਼ਨ ਦੇ ਬਾਰੇ ਦੱਸੋ, ਤੁਸੀਂ 23rd ਨੂੰ ਤੁਹਾਡਾ ਆਰਡੀਨੇਸ਼ਨ ਹੋ ਰਿਹਾ, ਇਸ ਦੇ ਬਾਰੇ ਥੋੜਾ ਕੋ ਆਪਣੇ ਵਿਊਸ ਨੂੰ ਦੱਸੋ ਵੀ ਤੁਸੀਂ ਵੀ ਉਹਨਾਂ ਨੂੰ ਇਨਵੀਟੇਸ਼ਨ ਦੇਣਾ ਚਾਹੁੰਦੇ ਹੋ? ਜ਼ਰੂਰ, ਜਿਵੇਂ ਕਿ ਬਹੁਤ ਸਾਰੇ ਅਜ਼ੀਜ਼ਾਂ ਦੇ ਨੰਬਰ ਸਾਡੇ ਕੋਲ ਨਹੀਂ ਹਨ, ਔਰ ਇਸ ਪ੍ਰੋਗਰਾਮ ਦੇ ਮੁਤਾਲਿਕ ਉਹ ਫਾਈਨੈਂਸ਼ਲੀ ਵੀ ਸਾਡੇ ਸਪੋਰਟਰ ਨੇ, ਗੁਪਤ ਵਿੱਚ ਸਪੋਰਟਰ ਨੇ, ਪਰ ਸਾਨੂੰ ਉਹਨਾਂ ਦੇ ਨੰਬਰ ਦਾ ਐਬਸੋਲੂਟਲੀ ਨਹੀਂ ਪਤਾ ਕਿ ਕਿੱਥੇ ਹੋ, ਅਦਰਵਾਈਜ਼ ਅਸੀਂ ਤੁਹਾਨੂੰ ਕਾਲ ਕਰਕੇ ਆਪਣੇ ਸਪੈਸ਼ਲ ਦਿਨ ਤੇ ਇਨਵਾਈਟ ਕਰਨਾ ਚਾਹੁੰਦੇ ਹਾਂ। ਲੇਕਿਨ ਟੈਲੀਵਿਜ਼ਨ ਦੇ ਮਾਧਿਅਮ ਦੇ ਨਾਲ ਅਗਰ ਤੁਸੀਂ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ, ਜਿੰਨੇ ਵੀ ਵਿਊਅਰਸ ਨੇ, ਜਿੰਨੇ ਵੀ ਇਸ ਪ੍ਰੋਗਰਾਮ ਨੂੰ ਮੁਹੱਬਤ ਕਰਦੇ ਨੇ, ਉਹਨਾਂ ਸਭਨਾਂ ਦੇ ਵਾਸਤੇ ਇਹ ਸੱਦਾ ਹੈ ਕਿ ਜੋ ਮੇਰਾ ਆਰਡੀਨੇਸ਼ਨ ਹੈ, ਲੀਗਲੀ ਤੌਰ ਤੇ ਮੈਂ ਯੂਕੇ ਦੀ ਪਾਸਪੋਰਟ। ਜਿਸ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਊਰਸ ਹਨ, ਆਰਡੀਨੇਸ਼ਨ ਦੇ ਬਾਰੇ ਬਿਲਕੁਲ ਉਹਨਾਂ ਨੂੰ ਜਾਣਕਾਰੀ ਨਹੀਂ, ਇਸ ਦੇ ਬਾਰੇ ਥੋੜਾ ਜਾਣਕਾਰੀ ਦੱਸੋ, ਹੈ ਕਿ ਆਰਡੀਨੇਸ਼ਨ ਹੈ? ਜੀ ਮੈਂ ਇਹਦੇ ਬਾਰੇ ਹੀ ਦੱਸਣ ਜਾ ਰਹੀ ਕਿ ਆਰਡੀਨੇਸ਼ਨ ਮੈਂ ਇੱਕ ਰਜਿਸਟਰ ਪਾਸਟਰ ਯੂਕੇ ਦੀ ਹੋਣ ਵਾਸਤੇ ਜਾ ਰਹੀ ਹਾਂ। ਡਿਪਲੋਮਾ ਤੁਹਾਨੂੰ ਮਿਲਣਾ? ਜੀ ਪਾਸਟਰ ਦਾ ਡਿਪਲੋਮਾ ਮੈਨੂੰ ਕਾਲਰ ਨੂੰ ਕਵਾਂਗੀ, ਬਣੇ ਰਹਿਣਾ, ਤੁਹਾਡੇ ਵੱਲ ਅਸੀਂ ਵੱਧਦੇ ਹਾਂ। ਔਰ ਪਾਸਟਰ ਮੈਂ ਬਣਨ ਵਾਸਤੇ ਜਾ ਰਹੀ ਹਾਂ, ਜਿਹਦੇ ਲਈ ਮੈਂ ਤੁਹਾਨੂੰ ਉਸ ਸੈਲੀਬ੍ਰੇਸ਼ਨ ਦੇ ਵਿੱਚ ਇਨਵਾਈਟ ਕਰਦੀ ਹਾਂ ਇਸ ਟੈਲੀਵਿਜ਼ਨ ਮਾਧਿਅਮ ਦੇ ਦੁਆਰਾ, ਕਿ ਜ਼ਰੂਰ ਆਉਣਾ, ਇਹ ਨਾ ਇੰਤਜ਼ਾਰ ਕਰਨਾ ਕਿ ਮੇਰੀ ਕਾਲ ਹੀ ਆਏਗੀ ਅਤੇ ਫਿਰ ਹੀ ਤੁਸੀਂ ਇਨਵਾਈਟਡ ਹੋ। ਨੋ, ਤੁਸੀਂ ਸਾਰੇ ਇਨਵਾਈਟਡ ਹੋ ਜੋ ਅੱਜ ਪ੍ਰੋਗਰਾਮ ਨੂੰ ਵੇਖ ਰਹੇ ਹੋ। ਸੋ ਪਲੀਜ਼ ਸਾਨੂੰ ਅੱਛਾ ਲੱਗੇਗਾ, ਜਿਹੜੀ ਕਿ 23rd of November ਇਸ ਮਹੀਨੇ, ਇਸੇ ਮਹੀਨੇ ਦੇ ਵਿੱਚ ਸੈਟਰਡੇ ਪੈ ਰਿਹਾ, ਔਰ 2 ਵਜੇ ਜਿਹੜੀ ਹੋਵੇਗੀ, ਤੁਸੀਂ ਸਭਨਾਂ ਨੇ ਦਾ ਗ੍ਰੀਨ ਰੋਡ ਜਿਹੜਾ ਸਾਊਥ ਹਾਲ ਦੇ ਵਿੱਚ, ਓਲਡ ਸਾਊਥ ਹਾਲ ਦੇ ਵਿੱਚ ਹੈ, ਜੋ ਕਿ ਟੈਲੀਵਿਜ਼ਨ ਸਕਰੀਨ ਦੇ ਉੱਤੇ ਨੰਬਰ ਪੋਸਟ ਕੋਡ ਆ ਰਿਹਾ, ਉਹਦੇ ਉੱਤੇ ਜ਼ਰੂਰ ਆਉਣਾ, ਸਾਨੂੰ ਖੁਸ਼ੀ ਹੋਏਗੀ। ਉਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਐਸੇ ਟੈਲੀਵਿਜ਼ਨ ਦੇ ਉੱਤੇ ਆਉਣ ਵਾਲੀਆਂ ਹਸਤੀਆਂ ਜਿਹੜੀਆਂ ਕਿਸੇ ਜ਼ਮਾਨੇ ਦੇ ਵਿੱਚ ਆਉਂਦੀਆਂ ਹੁੰਦੀਆਂ ਸਨ, ਉਹ ਵੀ ਤੁਹਾਨੂੰ ਨਜ਼ਰ ਆਉਣਗੀਆਂ, ਜੋ ਰੇਡੀਓ ਦੇ ਉੱਤੇ ਵੀ ਸ਼ਾਇਦ ਹੁੰਦੇ ਸਨ ਪ੍ਰੋਗਰਾਮਾਂ ਦੇ ਵਿੱਚ ਲੋਕ, ਉਹ ਵੀ ਤੁਹਾਨੂੰ ਸ਼ਾਇਦ ਨਜ਼ਰ ਆਉਣਗੇ, ਬਹੁਤ ਸਾਰੇ ਚਿਹਰੇ ਤੁਹਾਨੂੰ, ਪੁਰਾਣੇ ਚਿਹਰੇ ਜਿਹੜੇ ਉਸ ਮੀਟਿੰਗ ਦੇ ਵਿੱਚ ਨਜ਼ਰ ਆਉਣਗੇ। ਇਸ ਦੇ ਨਾਲ ਖਾਣੇ ਦਾ ਵੀ ਇੰਤਜ਼ਾਮ ਕੀਤਾ ਗਿਆ, ਉਸ ਤੋਂ ਬਾਅਦ ਖਾਣਾ ਵੀ ਸਰਵ ਕੀਤਾ ਜਾਊਗਾ। ਸੋ ਲਾਸਟ ਕਾਲ ਲੈਣੇ, ਇਸ ਦੇ ਨਾਲ ਤੇਲ ਔਰ ਪਾਣੀ ਦੀ ਵੀ ਦੁਆ ਕੀਤੀ ਜਾਊਗੀ। ਜੈਸੀ ਜੀ। ਹੈਲੋ ਜੈਮਸੀ ਕੀ? ਜੈਮਸੀ ਜੀ ਜੀ। ਜੈਮਸੀ ਦੀ ਕੌਣ? ਜੀ ਮੈਂ ਪ੍ਰੇ ਕਰਵਾਉਣੀ ਸੀ ਆਪਣੀ ਡਾਟਰ ਵਾਸਤੇ ਜੀ। ਜੀ ਮੇਰੀ ਡਾਟਰ ਥੋੜੀ ਤਬੀਅਤ ਨਹੀਂ ਠੀਕ ਹੈਗੀ ਉਹਦੀ। ਹਾਂ, ਤੁਸੀਂ ਨਾਮ ਰੀਆ ਹੈਗਾ ਜੀ? ਰੀਆ। ਹਾਂ ਜੀ। ਉਹ ਉਹਨਾਂ ਦੀ ਤਬੀਅਤ ਲਈ, ਸਿਹਤ ਲਈ ਠੀਕ ਹੈ। ਹਾਂ ਜਨਾਬ, ਤੁਸੀਂ ਆਪਣਾ ਟੈਲੀਫੋਨ ਰੱਖੋ, ਅਸੀਂ ਰੀਆ ਲਈ ਦੁਆ ਕਰਦੇ ਹਾਂ, ਸਿਹਤ ਲਈ ਦੁਆ ਕਰਦੇ ਹਾਂ। ਥੈਂਕ ਯੂ ਜੀ। ਪਰਮੇਸ਼ਰ ਆਪਣੇ ਪਾਕ ਹੱਥ ਨੂੰ ਬੜਾਉਣਾ, ਔਰ ਬੇਟੀ ਨੂੰ ਛੂਣਾ, ਔਰ ਸਾਰੀ ਬਿਮਾਰੀ ਤੋਂ, ਸਾਰੇ ਅੰਧਕਾਰ ਦੀ ਸ਼ਕਤੀ ਤੋਂ, ਸਾਰੇ ਭਾਰ ਦੇ ਹੇਠੋਂ, ਸਾਰੇ ਬਰਡਨ ਦੇ ਹੇਠੋਂ ਖੁਦਾ ਨੂੰ ਆਪਣੀ ਬੇਟੀ ਨੂੰ ਆਯਾਦ ਕਰਨਾ, ਔਰ ਚੰਗਿਆਈ ਬਖਸ਼ਣਾ, ਗਵਾਹੀ ਦੇ ਨਾਲ ਖੜਿਆ ਕਰਨਾ।
ਕਰਨਾ। ਐ ਬਾਪ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਇੱਕ ਵਾਰੀ ਫਿਰ ਅਸੀਂ ਤੁਹਾਡੀ ਹਜ਼ੂਰੀ ਵਿੱਚ ਝੁਕਦੇ ਹਾਂ। ਉਹ ਤੇਲ ਔਰ ਪਾਣੀ ਜੋ ਤੁਹਾਡੇ ਸਾਹਮਣੇ ਰੱਖਿਆ ਗਿਆ ਹੈ, ਪਰਮੇਸ਼ਵਰ ਨੂੰ ਛੂਣਾ ਤੇ ਪਵਿੱਤਰ ਕਰਨਾ, ਤੁਹਾਡੇ ਧੀਆਂ ਤੇ ਪੁੱਤਰ ਜਦ ਇਹਨਾਂ ਨੂੰ ਲਗਾਉਣ ਤੇ ਪੀਣ ਤੇ ਯਿਸੂ ਮਸੀਹ ਦੇ ਨਾਮ ਵਿੱਚ ਸ਼ੁੱਧ ਹੋਣ, ਪਾਕ ਹੋਣ, ਬਿਮਾਰੀਆਂ ਤੋਂ ਆਜ਼ਾਦ ਹੋਣ ਔਰ ਗਵਾਹੀ ਦੇ ਨਾਲ ਖੜੇ ਹੋਣ। ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦੀ ਹਾਂ ਤੁਹਾਡੀਆਂ ਜ਼ਿੰਦਗੀਆਂ ਦੇ ਉੱਤੇ ਉਹ ਸਾਰੇ ਕਰਜ਼ ਤੇ ਸਾਰੇ ਭਾਰ ਤੇ ਸਾਰੇ ਸਰਾਪ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਹਟਾਏ ਜਾਣ ਔਰ ਤੁਸੀਂ ਆਜ਼ਾਦ ਹੋ ਜਾਓ। ਹਾਲੇਲੂਇਆ। ਔਰ ਖੁਦਾਵੰਦ ਦੀ ਸਾਮਰਤ ਨੂੰ, ਖੁਦਾਵੰਦ ਦੇ ਨਜ਼ਾਰੇ ਨੂੰ ਤੁਸੀਂ ਵੇਖ ਸਕੋ। ਹਾਲੇਲੂਇਆ। ਤੁਹਾਡੇ ਧੀਆਂ ਪੁੱਤਰ ਸਲਾਮਤ ਹੋਣ। ਹਾਲੇਲੂਇਆ। ਤੁਹਾਡੀਆਂ ਜ਼ਿੰਦਗੀਆਂ ਵਿੱਚ ਹਰ ਦਿਨ ਇੱਕ ਨਵੀਂ ਜ਼ਿੰਦਗੀ ਖੁਸ਼ੀ ਉਤਰੇ ਔਰ ਤੁਸੀਂ ਜਾਣੋ ਕਿ ਯਿਸੂ ਹੀ ਪਰਮੇਸ਼ਵਰ ਹੈ। ਹਾਲੇਲੂਇਆ। ਥੈਂਕ ਯੂ ਜੀਸਸ। ਟੱਚ ਦੈਮ, ਹੀਲ ਦੈਮ, ਫਿਲ ਦੈਮ, ਯੂਜ਼ ਦੈਮ, ਪ੍ਰੋਟੈਕਟ ਦੈਮ ਇਨ ਦ ਨੇਮ ਆਫ ਜੀਸਸ। ਆਮੇਨ, ਆਮੇਨ, ਆਮੇਨ। ਜੈਸੀ ਜੀ, ਸਾਡੇ ਪ੍ਰੋਗਰਾਮ ਖਤਮ ਹੋ ਰਿਹਾ ਇਸ ਵੇਲੇ, ਤੋ ਅਗਲੇ ਹਫਤੇ ਫਿਰ ਮਿਲਾਂਗੇ। ਉਮੀਦ ਕਰਦੇ ਹਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਮਾਧਿਅਮ ਦੇ ਦੁਆਰਾ ਤੁਸੀਂ ਬਰਕਤ ਪਾਈ ਹੋਗੀ, ਆਸ਼ੀਸ਼ ਪਾਈ ਹੋਗੀ। ਸੋ ਸੀ ਯੂ ਨੈਕਸਟ ਵੀਕ ਸੇਮ ਟਾਈਮ 7 o'clock JMC ਦੀ। ਗੁੱਡ ਨਾਈਟ।